ਜਿੰਨਾ ਖਾਣਾ ਖਾ ਲਿਆ ਕਲਾਮ ਜਿੱਤੇ ਤੇਰਾ ਕਲਾਮ ਹੋਇਆ ਤੇਰੀ ਧਿਆਨ ਚਲਾਵੇ
Yahweh Elohim, Yahweh Elohim.
حلو. Yeah.
ਖੁਸ਼ੀ ਦੇ ਨਾਲ ਫਿਰ ਨਾਰਾ ਮਾਰੋ ਫਿਰ ਸੁਸਤੀ ਦੀ ਨਾਲ ਕਿਉਂ ਜ਼ੋਰ ਦੀ ਇੱਕ ਨਾਰਾ ਸੀ ਮਾਰਾਂਗੇ ਤੁਸੀਂ ਜ਼ੋਰ ਦੀ ਜਵਾਬ ਦੇਣਾ ਹਲੇ ਸਾਸੋ ਤੇ ਵੀ ਪਰਮਲਾ ਗੀਤ ਗਾਤਾ ਜਾਊਂਗਾ gare ni phasa gare gare phasa ਕਰੇ ਕਰੇ ਸਤਾਰੇ ਕੀ ਪਤਾ
Thank you.
I
अपने बेगाने अपने बेगाने अपने बेगाने ترجمة
ਪਤਾ ਨਹੀਂ ਕਿਸ ਗੱਲ ਦਾ ਡਰ ਹੈ ਭੈਣ ਭਰਾ ਆਪਣੇ ਮਨਾਂ ਤੋਂ ਦਿਲਾਂ ਨੂੰ ਡਰ ਲਾ ਕੇ ਇੱਕ ਵਾਰੀ ਜ਼ੋਰ ਦੀ ਕਹੋ ਹਾਲੇਲੂਇਆ
ਜਿੰਨੇ ਜਣੇ ਦਲੇਰੀ ਦੇ ਨਾਲ ਆਪਣੇ ਪਰਮੇਸ਼ਰ ਦੇ ਵਚਨ ਨੂੰ ਛਪਾਉਣਾ ਨਹੀਂ ਚਾਹੁੰਦੇ ਬਲਕਿ ਦਲੇਰੀ ਦੇ ਨਾਲ ਬੋਲਣਾ ਚਾਹੁੰਦੇ ਨੇ ਹਾਲੇਲੂਇਆ ਇਸ ਕਰਕੇ ਰੂਹ ਔਰ ਸੱਚਾਈ ਦੇ ਨਾਲ ਆਪਣੇ ਇਸੇ ਤਰ੍ਹਾਂ ਹੱਥਾਂ ਨੂੰ ਉਠਾ ਕੇ ਤਾਲੀ ਦੇ ਨਾਲ ਸਦੀਆਂ ਤੋਂ ਚੱਲਦਾ ਯਾਰਿਆ ਤਸ਼ੱਦਦ ਮਸੀਹਾ ਤੇ ਸਦੀਆਂ ਤੋਂ ਚੱਲਦਾ
سب منتظر
तेरी राहों دلہن تیری کلیسیا اب لوٹ بھی آ اب لوٹ بھی آ اب لوٹ بھی آ اب لوٹ بھی آ Yeah.
ਸਾਡੀ ਉਮੀਦ ਸਾਡੀ ਆਸ ਸਾਡਾ ਪ੍ਰਭੂ ਯਿਸੂ ਹੈ ਉਮੀਦ ਨੇ ਤਕਮੀਲ ਤਮੰਨਾ ਦੀਦ ਤੇਰੀ ਉਮੀਦ ਨਾ ਜਾ ਕਿਸਦੀ ਕਿਸਦੀ ਤਕਮੀਲ ਤਮੰਨਾ ਦੀਦ ਤੇਰੀ ਉਮੀਦ ਨਾ ਜਾ ਕਿਸਦੀ धन्यवाद तेरी तारीफ तारीफ
Hallelujah. धन्यवाद तेरी तारीफ. Praise the Lord. Hallelujah. Hey, hey.
Hey.
खड़ी काई जा
جاگ جاگ تینو نیند آئی پہاڑ میں ڈوڑا چلتا ہے
ਚੱਲ ਕੇ ਤੇਰੇ ਕੋਲ ਬਹਾਰਾਂ ਆਈਆਂ ਨੇ ਅਸੀਂ ਇੱਕ ਭਜਨ ਗਾਉਂਦੇ ਹੁੰਨੇ ਆ ਆਜ ਕਾ ਦਿਨ ਯਹੋਵਾ ਨੇ ਬਣਾਇਆ ਹੈ ਇਹ ਸਮਾਂ ਇਹ ਪਲ ਇਹ ਵਕਤ ਖੁਦਾ ਦੀ ਵੱਲੋਂ ਮੁਕੱਲਲ ਕੀਤਾ ਹੋਇਆ ਜੋ ਇਸ ਜਗ੍ਹਾ ਤੇ ਖੁਦਾ ਦੇ ਦਾਸ ਪ੍ਰਭੂ ਦੇ ਸੰਤ ਬ੍ਰਦਰ ਡਾਕਟਰ ਲੱਕੀ ਲੂਕਸ ਜੋ ਖੁਦਾ ਦੀ ਖਿਦਮਤ ਸੇਵਾ ਦੇ ਲਈ ਇਸ ਨਗਰ ਲਈ ਖੁਦਾ ਨੇ ਮੁਕੰਮਲ ਕੀਤਾ ਸੀ ਜਿਸ ਨੂੰ ਖੁਦਾ ਨੇ ਬੜੀਆਂ ਬਰਕਤਾਂ ਦਿੱਤੀਆਂ ਨੇ ਖੁਦਾ ਦਾ ਕਲਾਮ ਜਿਵੇਂ ਵਚਨ 'ਚ ਲਿਖਿਆ ਹੈ ਤੁਹਾਡੇ ਰੱਖਣ ਦੇ ਲਈ ਜਗ੍ਹਾ ਨਹੀਂ ਹੋਵੇਗੀ ਖੁਦਾ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਲਫ਼ਜ਼ਾਂ ਨੂੰ ਪੂਰਾ ਕੀਤਾ ਹੈ ਸੋ ਉਹਨਾਂ ਦੇ ਦਿਲ ਵਿੱਚ ਖੁਦਾ ਨੇ ਆਪਣੀ ਸੇਵਾ ਲਈ ਇੱਕ ਜਗ੍ਹਾ ਤਿਆਰ ਕੀਤੀ ਉਹਨਾਂ ਦੇ ਲਈ ਇੱਕ ਵਾਰੀ ਹਾਲੇਲੂਇਆ ਦਾ ਨਾਰਾ ਬੜੇ ਜ਼ੋਰ ਦੇ ਨਾਲ ਸਾਡੇ ਜੋ ਸੇਵਕ ਨੇ ਇੱਥੋਂ ਦੇ ਡਾਕਟਰ ਲੱਕੀ ਲੂਕਸ ਖੁਦਾ ਦੇ ਸੰਤ ਜਨ ਖੁਦਾ ਦੇ ਸੰਤ ਸਾਡੇ ਵਿੱਚ ਪਹੁੰਚ ਗਏ ਨੇ ਖੁਦਾ ਦਾ ਲੱਖ ਲੱਖ ਸ਼ੁਕਰ ਹੈ ਹਾਲੇਲੂਇਆ ਤੇਰਾ ਧੰਨਵਾਦ ਪ੍ਰਭੂ ਯੇਸ਼ੂ ਇਸ ਨਗਰ ਨੂੰ ਖੁਦਾ ਤੂੰ ਆਪਣੇ ਨਜ਼ਾਤ ਦੇ ਕੰਮ ਲਈ ਇਸਤੇਮਾਲ ਕਰ ਰਿਹਾ ਇਹ ਤੇਰੀ ਕਿਰਪਾ ਅਤੇ ਤੇਰੀ ਰਹਿਮਤ ਔਰ ਤੇਰਾ ਫਜ਼ਲ ਇਤਮਿਨਾਨ ਜੋ ਅਤਾ ਕੀਤਾ ਹੈ ਮੇਰੇ ਵੀਰ ਮੇਰੇ ਭਰਾ ਹਾਲੇਲੂਇਆ ਜੋ ਬਾਹਰ ਖੜ੍ਹੇ ਨੇ ਮੇਰੇ ਵੀਰ ਮੇਰੇ ਭਰਾ ਖੁਦਾ ਦਾ ਕਲਾਮ ਖੁਦਾ ਦੀ ਬਾਣੀ ਦੀ ਸਾਨੂੰ ਬੜੀ ਇੱਜ਼ਤ ਕਰਨੀ ਚਾਹੀਦੀ ਹੈ ਸੋ ਮਿਹਰਬਾਨੀ ਕਰਕੇ ਜੋ ਬਾਹਰ ਖੜ੍ਹੇ ਨੇ ਪੰਡਾਲ ਦੇ ਸਾਰੇ ਅਸੀਂ ਖੁਦਾ ਦੀ ਹਮਦੋ ਸਨਾ ਦੇ ਲਈ ਇਬਾਦਤ ਦੇ ਵਿੱਚ ਆਵਾਂਗੇ ਹੋਂਟਾਂ ਦਾ ਫਲ ਸ਼ੁਕਰ ਦਾ ਹਦੀਆ ਯੇਸੂ ਮੰਗਦਾ ਤੇਥੋਂ ਏ ਹਾਲੇਲੂਇਆ ਹੋਂਟਾਂ ਦਾ ਫਲ ਸ਼ੁਕਰ ਦਾ ਹਦੀਆ ਯੇਸੂ ਮੰਗਦਾ ਤੇਥੋਂ ਏ ਜ਼ਿੰਦਗੀ ਸੁਧ ਹੋ ਸਾਦਿਕ ਵਾਲੀ ਕਹਿੰਦਾ ਮੰਗ ਲੈ ਮੇਥੋਂ ਏ ਸਲੀਬ ਤੇ ਮੈਂ ਪਿਆਮੀ ਮਾਰਾਂ ਖਾਇਆਂ ਨੇ ਚੱਲ ਕੇ ਤੇਰੇ ਕੋਲ ਬਹਾਰਾਂ ਆਈਆਂ ਨੇ ਹਾਲੇਲੂਇਆ 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 ਫਰਿਸ਼ਤਿਆਂ ਦਾ ਪੈਗਾਮ ਮਾਂ ਮਰੀਮ ਦੇ ਕੋਲ ਆਇਆ ਉਹ ਖੁਸ਼ਖਬਰੀ ਦਾ ਪੈਗਾਮ
جو اسمانا دے وچ نام رکھیا گیا یسو نام کوئی زمین دا نام نہیں آسمانی نام ہے جس کو دیدار ناامتی بخشا نہ جائے گا دو جگ تو کدھر میرا سایہ نہ جائے گا مسیحا پاک کا کوئی عرش پر حامی نہ ہوگا کیونکہ مسیحا پاک کو دیکھا نہ جائے گا ہاللویا کیوں جو وقت تو آئے گا بڑے لوگ کہیں گے کہ اسی تیرے نام دے وچ آئے پربھو یسو اسی تیرے لوگ ہیں وہ آکھے گا کہ میں تانوں جاندا نہیں دیدار ہونا بڑا ضروری ہے سو اجورا دیدار کریے بڑا ضروری ہے بہار آئی نے اج راما تلوڈی دے خدا دا کلام سہڈا پربھو یسو وراجمان ہے دو یا تین بہت سارے ہاں میں چاہتا ہاں کہ میرے سارے پینڈ میرے پینا میرے ویر میرے پرا بڑے جوش دے نال اسی جو رہندے لفظ نے اس گیت دا کچھ پیرے انترے نے سو اسی بڑے روح نال خدا دی خوشی حمد و ثنا کرتے ہوئے گائیے جی اج باہر آئی نے اگر تسی بھروسہ کرتے ہو وشواس کرتے ہو کہ وہ دیا رحمت ساڈے وچ آئی ہے دو چار لفظ زیادہ نہیں تالی بزا کے اسی بڑے جوش دے نال تالی بزا کے اسی گونا ہے ہاللویا جاگنا دو طرح دا ہے ہاللویا یسو نے آکھیا جاگو تے دعا کرو اسی وی اج جاگیے چل کے تیرے کو بہار آیا نے 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 آیا 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 خدا دے کلام دے لئی جو زندہ کلام ہے خدا دا جو ساڈے وچ جان پاؤندا ہے سانو طاقت دیندا ہے اس کلام دے لئی او اسی سارے ہاتھ اٹھا کے تھوڑا سما پربھو دی تعریف کرانگے تعریف 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 تے شکر ہاللویا 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 خدا باپ کی حضوری دے وچ اسی چکا لواں گے کیونکہ جدو اسی خدا دے کام نوں ویکھدے ہاں تاں اس وقت جڑے روحانی لوگ نے انہاں دا سر خدا دے قدماں دے وچ چکاؤ نوں اپنے آپ ہی دل کردا وا سو اسی سب خدا دے اگے سر چکاواں گے اور دعا دی حالت وچ ہوواں گے پیارے باپ سمانی پربھو جی زندہ پرمیشور ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਮਾਂ ਬਖਸ਼ਿਆ ਕਿ ਅਸੀਂ ਤੁਹਾਡੇ ਮੁਕੱਦਸ ਕਲਾਮ ਨੂੰ ਤੁਹਾਡੇ ਖਾਦਮ ਦੇ ਜ਼ਰੀਏ ਜੋ ਤੁਸੀਂ ਸਾਡੇ ਤੱਕ ਪਹੁੰਚਾਉਣਾ ਹੈ ਉਸ ਕਲਾਮ ਨੂੰ ਸੁਣ ਸਕੀਏ ਇਹ ਕਲਾਮ ਦਿਲ ਦੀਆਂ ਗਹਿਰਾਈਆਂ ਤੀਕਰ ਪਹੁੰਚ ਕੇ ਸਾਡੇ ਖੂਨ ਦੇ ਕੇ ਕਤਰੇ ਵਿੱਚ ਸਮਾ ਜਾਏ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੀ ਇਸ ਦੌੜ ਦੇ ਵਿੱਚ تیرے ہی نمیت تے تیرے کلام دے نمیت ہمیشہ دوڑ دے رہیے پربھو جی دعا کر دے ہیں اس جماعت دے لئی
ਇਸ ਸਾਰੀ ਜਮਾਤ ਨੂੰ ਤੁਹਾਡੇ ਸੋਹਰਾਵਾਰ ਸਮਰਤੀ ਹੱਥ ਵਿੱਚ ਦਿੰਦੇ ਹਾਂ ਗਾਉਣਾ ਵਜਾਉਣਾ ਸਭ ਤੁਹਾਨੂੰ ਕਬੂਲ ਹੋਇਆ ਇਹਦੇ ਲਈ ਤੁਹਾਡਾ ਸ਼ੁਕਰ ਹੋਵੇ ਪਵਿੱਤਰ ਆਤਮਾ ਅਸੀਂ ਸਭ ਆਪਣੇ ਆਪ ਨੂੰ ਤੁਹਾਡੇ ਸਪੁਰਦ ਕਰਦੇ ਹਾਂ ਔਰ ਤੁਹਾਡੇ ਖਾਦਮ ਨੂੰ ਆਪਣੇ ਖੁਦਾ ਬਾਪ ਫਜ਼ਲ ਦੇ ਨਾਲ ਔਰ ਆਪਣੇ ਪਾਕ ਰੂਹ ਦੇ ਵਸੀਲੇ ਆਪਣੇ ਖਾਦਮ ਦੇ ਹੋਠਾਂ ਨੂੰ ਛੂ ਕੇ ਖੁਦਾਵੰਦ ਆਪਣੇ ਮੁਕੱਦਸ ਕਲਾਮ ਨੂੰ ਸਾਡੇ ਤੱਕ ਪਹੁੰਚਾ ਤਾਂ ਕਿ ਉਹ ਕਲਾਮ ਸਾਡੇ ਲਈ ਸੰਦੀਪਕ ਜੀਵਨ ਬਣ ਸਕੇ ਯਿਸੂ ਨਾਸਰੀ ਬਾਕੀ ਸਮੇਂ ਨੂੰ ਤੁਹਾਡੇ ਜ਼ੋਰਾਵਰ ਹੱਥ ਵਿੱਚ ਦੇ ਦਿੰਦੇ ਹਾਂ ਇਹ ਦੁਆ ਤੁਹਾਡੇ ਬੇਟੇ ਆਪਣੇ ਖੁਦਾਵਨ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਹਾਲੇਲੂਇਆ ਥੋੜ੍ਹਾ ਜਿਹਾ ਹੁਸ਼ਿਆਰ ਹੋਵੋ ਅਸੀਂ ਕਲਾਮ ਸੁਣਨਾ ਹਾਲੇਲੂਇਆ 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 ਖੁਦਾ ਸਭ ਨੂੰ ਬਰਕਤ ਦੇਵੇ ਹਾਲੇਲੂਇਆ 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 ਅਸੀਂ ਖੁਦਾ ਬਾਪ ਦਾ ਸ਼ੁਕਰ ਕਰਨੇ ਆ ਡਾਕਟਰ ਲੂਕਸ ਵਿਖੀ ਦੇ ਵਾਸਤੇ ਜੋ ਡਾਕਟਰ ਵੀ ਹੈ ਔਰ ਪ੍ਰਭੂ ਦੀ ਸੇਵਾ ਵੀ ਕਰਦੇ ਨੇ ਔਰ ਇਸ ਨਗਰ ਦੇ ਸਾਰੇ ਨੌਜਵਾਨ ਬੱਚਿਆਂ ਦੇ ਵਾਸਤੇ ਸਾਰੀਆਂ ਬੇਟੀਆਂ ਦੇ ਵਾਸਤੇ ਔਰ ਸਾਰੀ ਬਾਰੇ ਬਾਹਰੋਂ ਆਈ ਹੋਈ ਸੰਗਤ ਦੇ ਵਾਸਤੇ ਖੁਦਾ ਦਾ ਸ਼ੁਕਰ ਕਰਨੇ ਹਾਂ ਔਰ ਤੁਸੀਂ ਖੁਦਾਮਨ ਦੀ ਹਜ਼ੂਰੀ ਦੇ ਵਿੱਚ ਬੈਠੀ ਹੋ ਇੱਕ ਇਹੋ ਜਿਹਾ ਨਗਰ ਆ ਤਲਵੰਡੀ ਰਾਮਾ ਜਿੱਥੇ ਮੈਂ ਬੜੇ ਲੰਮੇ ਸਮੇਂ ਤੋਂ ਆ ਰਿਹਾ ਔਰ ਸਾਰਾ ਹੀ ਨਗਰ ਜਿਹੜਾ ਵਾ ਇਹ ਖੁਦਾ ਦੇ ਲੋਕਾਂ ਨਾਲ ਪਿਆਰ ਕਰਦਾ ਇੱਜ਼ਤ ਕਰਦਾ ਆਦਰ ਕਰਦਾ ਔਰ ਬਹੁਤ ਹੀ ਇੱਕ ਇੱਥੇ ਅੱਛੇ ਅੱਛੇ ਲੋਕ ਨੇ ਜਿਹੜੇ ਖੁਦਾ ਦੀ ਹਜ਼ੂਰੀ ਦੇ ਵਿੱਚ ਆਉਂਦੇ ਨੇ ਔਰ ਮੈਂ ਸਭਨਾਂ ਦੇ ਨਾਲ ਮੇਲ ਮਿਲਾਪ ਕਰਕੇ ਦੇਖਿਆ ਕਿ ਤਲਵੰਡੀ ਦੇ ਲੋਕ ਜਿਹੜੇ ਨੇ ਬਹੁਤ ਹੀ ਸੰਤਾਂ ਨਾਲ ਪਿਆਰ ਕਰਨ ਵਾਲੇ ਆਦਰ ਇੱਜ਼ਤ ਕਰਨ ਵਾਲੇ ਲੋਕ ਨੇ ਔਰ ਅੱਜ ਦੇ ਸੰਮੇਲਨ ਦੇ ਵਿੱਚ ਜੋ ਵੀ ਇਸ ਨਗਰ ਦੇ ਸਾਰੇ ਲੋਕ ਇਕੱਠੇ ਹੋ ਕੇ ਆਏ ਨੇ ਮੈਂ ਸਭਨਾਂ ਨੂੰ ਪ੍ਰਭੂ ਦਾ ਸੇਵਕ ਹੁੰਦੇ ਹੋਏ ਜੀ ਆਇਆਂ ਆਖਣਾ ਔਰ ਹਮੇਸ਼ਾ ਲਈ ਤੁਹਾਡੇ ਲਈ ਦੁਆ ਕਰਦਾ ਰਹਾਂਗਾ ਔਰ ਕਰਦਾ ਵਾਂ ਕਿ ਖੁਦਾ ਤੁਹਾਨੂੰ ਆਸ਼ਿਸ਼ ਦੇਵੇ ਸਭਨਾਂ ਨੂੰ ਜੈ ਮਸੀਹ ਦੀ ਖੁਦਾ ਸਭ ਨੂੰ ਬਰਕਤ ਦੇਵੇ ਹੁਣ ਅਸੀਂ ਖੁਦਾਮਨ ਦੀ ਬਾਣੀ ਨੂੰ ਸੁਣਨਾ ਆਪਣੇ ਮਨਾਂ ਨੂੰ ਖਾਲੀ ਕਰਕੇ ਆਪਣੇ ਮਨ ਦੀਆਂ ਅੱਖਾਂ ਨੂੰ ਖੋਲ੍ਹ ਕੇ ਅਤੇ ਉਹ ਮਨ ਦੀਆਂ ਅੱਖਾਂ ਪ੍ਰਭੂ ਦੇ ਵੱਲ ਲਾ ਕੇ ਆਪਣੀ ਨਜ਼ਰ ਖੁਦਾਮਨ ਦੇ ਵਿੱਚ ਲਾ ਕੇ ਅਤੇ ਖੁਦਾ ਦੀ ਬਾਣੀ ਨੂੰ ਸੁਣਨਾ ਸਾਡੇ ਡਾਕਟਰ ਸਾਹਿਬ ਇੱਥੇ ਨਹੀਂ ਆ ਟਾਈਮ ਤਾਂ ਉਹਨਾਂ ਦਾ 10 ਵਜੇ ਦਾ ਸੀ ਅਤੇ 10 ਤੇ ਸ਼ਾਇਦ ਮੇਰਾ ਖੜਾ ਵੱਜ ਹੀ ਗਏ ਕਿ ਜਾਂ ਕੋਈ ਰਹਿ ਗਿਆ ਉਹ ਥੋੜ੍ਹਾ ਦੱਸ ਦਿੰਦੇ ਵੀ ਕਿੰਨੇ ਵਜੇ ਸਮਾਪਤ ਕਰਨੀ ਹੈ ਉੱਨੇ ਵਜੇ ਆਪਾਂ ਕਰ ਸਕੀਏ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਜੇ ਡਾਕਟਰ ਸਾਹਿਬ ਆਵਾਜ਼ ਸੁਣਦੇ ਨੇ ਤਾਂ ਉਹ ਦੱਸਦੇ ਨੇ ਕਿੰਨੇ ਵਜੇ ਸਮਾਪਤ ਕਰਨੀ ਹੈ ਉਨੀ ਕੁ ਗੱਲ ਸ਼ੁਰੂ ਕਰੀਏ ਜਿਹੜੀ ਉਨੇ ਕੁ ਚਿਰ 'ਚ ਅਸੀਂ ਖਤਮ ਕਰ ਸਕੀਏ ਚਲੋ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਕੋਈ ਪਰੇਸ਼ਾਨ ਤਾਂ ਨਹੀਂ ਹੈ ਸਾਰੇ ਖੁਸ਼ ਹੈ ਖੁਸ਼ੀ ਅਤੇ ਆਨੰਦ ਪ੍ਰਭੂ ਦੇ ਵਚਨ ਦੇ ਵਿੱਚ ਖੁਦਾਮਨ ਦੇ ਪਾਕ ਕਲਾਮ ਦੇ ਬਾਹਰ ਖੁਸ਼ੀ ਅਤੇ ਆਨੰਦ ਨਹੀਂ ਹੈ ਤੁਸੀਂ ਧਿਆਨ ਦੇ ਨਾਲ ਖੁਦਾ ਦਾ ਕਲਾਮ ਸੁਣੋਗੇ ਤਾਂ ਜ਼ਰੂਰ ਖੁਦਾ ਆਪਣੇ ਵਚਨ ਦੇ ਨਾਲ ਆਪਣੀ ਬਾਣੀ ਦੇ ਨਾਲ ਆਪਣੇ ਕਲਾਮ ਦੇ ਨਾਲ ਤੁਹਾਨੂੰ ਬਰਕਤ ਦੇਵੇਗਾ ਔਰ ਤੁਸੀਂ ਪ੍ਰਭੂ ਦੇ ਵਿੱਚ ਇੱਕ ਬਰਕਤ ਆਸ਼ਿਸ਼ ਜਿਹੜੀ ਆ ਉਹਨੂੰ ਪ੍ਰਾਪਤ ਕਰੋਗੇ ਲਿਓ ਬੇਟਾ ਇੱਧਰ ਵੀ ਲਿਓ ਲਿਆਓ ਤੁਸੀਂ ਵੀ ਨਹੀਂ ਨਹੀਂ ਇਹੋ ਲੈ ਲਓ ਲਓ ਇੱਥੇ ਵਿੱਚ ਪਾ ਬੈਗ ਦੇ ਇਨਾਮ ਦੀ ਤਾਂ ਕਾਕਾ ਮਾੜੀ ਮੋਟੀ ਚੀਜ਼ ਵੀ ਚੰਗੀ ਹੁੰਦੀ ਹੁਣ
ਧਿਆਨ ਦੇ ਨਾਲ ਖੁਦਾ ਦੀ ਬਾਣੀ ਨੂੰ ਸੁਣਨਾ ਖੁਦਾ ਦੇ ਕਲਾਮ ਨੂੰ ਔਰ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਸਾਰਿਆਂ ਨੇ ਆਪਣੇ ਆਪਣੇ ਗਵਾਂਢੀ ਨੂੰ ਦੇਖੋ ਕੋਈ ਸੌਂ ਤਾਂ ਨਹੀਂ ਰਿਹਾ ਜੇ ਕੋਈ ਸੌਂ ਰਿਹਾ ਤਾਂ ਉਹਨੂੰ ਕਹੋ ਵੀ ਜਾਗ ਕੇ ਸੁਣ ਅਤੇ ਜੇ ਜਾਗਦੇ ਆ ਤਾਂ ਉਹਨਾਂ ਨੂੰ ਕਹੋ ਧਿਆਨ ਨਾਲ ਸੁਣੋ ਚੱਲ ਬਈ ਤੂੰ ਵੀ ਕਹਿ ਮਨ ਨੂੰ ਕਹਿ ਇਹ ਧਿਆਨ ਨਾਲ ਸੁਣਨਾ ਅਸੀਂ ਖੁਦਾਵੰਦ ਦੀ ਬਾਣੀ ਉਹਦਾ ਬਚਨ ਪੜ੍ਹਾਂਗੇ ਇਬਰਾਨੀਆਂ ਦੀ ਪੱਤਰੀ 11 ਬਾਬ ਇਬਰਾਨੀਆਂ ਦੀ ਪੱਤਰੀ ਸੰਤ ਪਲੂਸ ਦੇ ਦੁਆਰਾ ਈਸਵੀ ਸੰਨ 68 ਵਿੱਚ ਲਿਖੀ ਗਈ ਔਰ ਜਿਸ ਵਕਤ ਇਬਰਾਨੀਆਂ ਦੀ ਪੱਤਰੀ ਲਿਖੀ ਗਈ ਉਸ ਦੇ ਨਾਲ ਦੋ ਪੱਤਰੀਆਂ ਹੋਰ ਸਨ ਜਿਹੜੀਆਂ ਲਿਖੀਆਂ ਗਈਆਂ ਗਲਤੀਆਂ ਦੀ ਪੱਤਰੀ ਔਰ ਦੂਸਰਾ ਤਿਮੋਥੀਅਸ ਜਿਹੜਾ ਸੀ ਇਸ ਕਿਤਾਬ ਦੇ ਨਾਲ ਲਿਖਿਆ ਗਿਆ ਅਸੀਂ ਖੁਦਾਵੰਦ ਦੀ ਬਾਣੀ ਉਹਦਾ ਬਚਨ ਪੜ੍ਹਾਂਗੇ ਇਬਰਾਨੀਆਂ ਦੀ ਪੱਤਰੀ 11 ਬਾਬ ਉਹਦੀ 8 ਐਤ ਤੋਂ ਲੈ ਕੇ 10 ਐਤ ਤੱਕ ਪੜ੍ਹਾਂਗੇ ਪੜ੍ਹਨ ਦੇ ਬਾਅਦ ਫਿਰ ਅਸੀਂ ਖੁਦਾ ਦੇ ਕਲਾਮ ਨੂੰ ਸਮਝਾਂ ਪੜ੍ਹੀਏ ਹਾਲੇਲੂਇਆ ਤੁਸੀਂ ਸਾਰੇ ਬੰਦ ਕਰੋ ਪੰਜਾਬੀ 'ਚ ਪੜ੍ਹੋ ਹਿੰਦੀ ਦੇ ਵਿੱਚ ਬਾਈਬਲ ਪੜ੍ਹ ਰਹੀਆਂ ਤਿੰਨ ਲੜਕੀਆਂ ਤਿੰਨੇ ਹੀ ਤੇਜ਼ ਹੈ ਨੇਚਾ ਦੇ ਨਾਲ ਅਬਰਾਹਮ ਜਾਂ ਸੱਦਿਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹਨੂੰ ਉਹਨੇ ਅਧਿਕਾਰ ਵਿੱਚ ਲੈਣਾ ਸੀ ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਵੀ ਮੈਂ ਕਿੱਧਰ ਨੂੰ ਲੱਗਾ ਜਾਂਦਾ ਹਾਂ ਤਾਂ ਵੀ ਨਿਕਲ ਤੁਰਿਆ ਨੇਚਾ ਨਾਲ ਉਹ ਵਾਅਦੇ ਵਾਲੀ ਧਰਤੀ ਵਿੱਚ ਜਾ ਵਸਿਆ ਜਿੱਥੇ ਪਰਾਈ ਧਰਤੀ ਵਿੱਚ ਉਹਨੇ ਇਸਹਾਕ ਅਤੇ ਯਾਕੂਬ ਦੇ ਨਾਲ ਜਿਹੜੇ ਉਹਦੇ ਸੰਗ ਉਸ ਵਾਅਦੇ ਦੇ ਅਧਿਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਹਦੀਆਂ ਨੀਹਾਂ ਹਨ ਅਤੇ ਜਿਹਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ ਨੇਚਾ ਨਾਲ ਬਸ ਬਸ ਫਿਰ ਅਸੀਂ ਜੇ ਦੋ ਆਇਤਾਂ ਹੋਰ ਪੜ੍ਹ ਲਈਏ ਤਾਂ ਹੋਰ ਅੱਛਾ ਜਾਏਗਾ ਪਰ ਟਾਈਮ ਥੋੜ੍ਹਾ ਜ਼ਿਆਦਾ ਹੁੰਦਾ ਜਾ ਰਿਹਾ ਉਤਪਤ ਦੀ ਕਿਤਾਬ 12 ਬਾਬ ਉਹਦੀ 1 ਅਤੇ 2 ਆਇਤ ਪੜ੍ਹਨੀ ਹੈ ਔਰ ਫਿਰ ਅਸੀਂ ਰਸੂਲਾਂ ਦੀ ਕਿਤਾਬ 7 ਬਾਬ ਉਹਦੀ 2 ਅਤੇ 4 ਆਇਤ ਪੜ੍ਹਨੀ ਪ੍ਰੇਰਿਤੋਂ ਕੇ ਕਾਮ 7 ਬਾਬ ਉਹਦੀ 2 ਅਤੇ 4 ਆਇਤ ਉਤਪਤ ਦੀ ਕਿਤਾਬ ਪੈਦਾਇਸ਼ ਦੀ ਕਿਤਾਬ 12 ਬਾਬ ਉਹਦੀ 1 ਅਤੇ 2 ਆਇਤ ਜਲਦੀ ਜਲਦੀ ਅਸੀਂ ਇਹਨਾਂ ਆਇਤਾਂ ਨੂੰ ਪੜ੍ਹ ਕੇ ਫਿਰ ਅਸੀਂ ਖੁਦਾਵੰਦ ਦੇ ਪਾਕ ਕਲਾਮ ਨੂੰ ਸ਼ੁਰੂ ਕਰਾਂਗੇ ਬੜੀ ਜਦੋਂ ਯਹੋਵਾ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿਕਲ ਤੁਰ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਔਰ ਮੈਂ ਤੈਨੂੰ ਆਸੀਸ ਦਿਆਂਗਾ ਔਰ ਮੈਂ ਤੇਰਾ ਨਾਂ ਵੱਡਾ ਕਰਾਂਗਾ ਔਰ ਤੂੰ ਬਰਕਤਾਂ ਦਾ ਕਾਰਨ ਹੋ ਰਸੂਲਾਂ ਦੀ ਕਿਤਾਬ ਪ੍ਰੇਰਿਤੋਂ ਕੇ ਕਾਮ 7 ਬਾਬ ਉਹਦੀ 2 ਅਤੇ 4 ਆਇਤ ਵੀ ਪੜ੍ਹ ਲਈਏ ਅਤੇ ਫਿਰ ਅਸੀਂ ਖੁਦਾ ਦੇ ਕਲਾਮ ਨੂੰ ਸਮਝਣਾ ਸ਼ੁਰੂ ਕਰਾਂਗੇ ਪੜ੍ਹੀਏ 7 ਦੀ 2 ਆਇਤ ਅਤੇ 4 ਆਇਤ ਮੈਂ ਪੜ੍ਹ ਤਾਂ ਉਹ ਬੋਲਿਆ ਹੇ ਭਾਈਓ ਅਤੇ ਹੇ ਪਿੱਤਰੋ ਸੁਣੋ ਸਾਡੇ ਪਿਤਾ ਅਬਰਾਹਮ ਨੂੰ ਹਰਾਨ ਵਿੱਚ ਵਸਣ ਤੋਂ ਅੱਗੇ ਜਦ ਉਹ ਮਸਪੋਤੀਆ ਵਿੱਚ ਸੀ ਤੇਜ਼ ਰੂਪ ਪਰਮੇਸ਼ੁਰ ਵਿਖਾਈ ਦਿੱਤਾ ਅਤੇ ਉਹਨੂੰ ਆਖਿਆ ਤੂੰ ਆਪਣੇ ਦੇਸ਼
ਅਤੇ ਆਪਣੇ ਸਾਕਾਂ ਵਿੱਚੋਂ ਨਿਕਲ ਕੇ ਉਸ ਦੇਸ਼ ਵਿੱਚ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਚੱਲਿਆ ਆਮ ਤਦ ਉਹ ਕਾਸ਼ਤੀਆਂ ਦੇ ਦੇਸ਼ ਤੋਂ ਨਿਕਲ ਕੇ ਹਰਾਨ ਵਿੱਚ ਜਾ ਵਸਿਆ ਅਤੇ ਉਹਦੇ ਪਿਓ ਦੇ ਮਰਨ ਪਿੱਛੋਂ ਪਰਮੇਸ਼ਵਰ ਨੇ ਉਹਨੂੰ ਉੱਥੋਂ ਲਿਆ ਕੇ ਇਸ ਦੇਸ਼ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ ਹੁਣ ਅਸੀਂ ਖੁਦਾਵੰਦ ਦੀ ਬਾਣੀ ਖੁਦਾ ਦਾ ਕਲਾਮ ਪੜ੍ਹਿਆ ਇੱਕ ਇਨਸਾਨ ਦੇ ਬਾਰੇ ਅਸੀਂ ਖੁਦਾ ਦਾ ਵਚਨ ਪੜ੍ਹਿਆ ਜਿਸ ਦਾ ਨਾਮ ਸੀ ਅਬਰਾਹਾਮ ਆਦਮ ਤੋਂ ਸੇਤ ਪੈਦਾ ਹੋਇਆ ਆਦਮ ਦੀ ਕੁੱਲ ਪੱਤਰੀ ਨੂੰਹ ਤੱਕ ਨੂੰਹ ਦੇ ਤਿੰਨ ਬੇਟੇ ਸੀ ਸੇਮ ਹਾਮ ਅਤੇ ਜਾਫਤ ਸੇਮ ਜਿਹੜਾ ਸੀ ਉਹਨੇ ਆਪਣੇ ਪਿਤਾ ਦਾ ਨੰਗੇਜ ਜਿਹੜਾ ਸੀ ਉਹਨੂੰ ਟੱਕਿਆ ਜਾਫਤ ਨੇ ਉਹਦੀ ਸਹਾਇਤਾ ਕੀਤੀ ਹਾਮ ਜਿਹੜਾ ਸੀ ਉਸਨੇ ਆਪਣੇ ਪਿਤਾ ਦਾ ਨੰਗੇਜ ਜਿਹੜਾ ਸੀ ਉਹਦਾ ਪ੍ਰਚਾਰ ਕੀਤਾ ਨੂੰਹ ਦੇ ਦੁਆਰਾ ਖੁਦਾ ਨੇ ਸੇਮ ਨੂੰ ਬਰਕਤ ਦਿੱਤੀ ਔਰ ਸੇਮ ਜਿਹੜਾ ਸੀ ਉਹਦੀ ਅੰਸ਼ ਵਿੱਚੋਂ ਅਬਰਾਹਾਮ ਪੈਦਾ ਹੋਇਆ ਖੁਦਾ ਨੇ ਸੇਮ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਵਧਾਵਾਂਗਾ ਔਰ ਅਬਰਾਹਾਮ ਪੈਦਾ ਹੋਇਆ ਅਬਰਾਹਾਮ ਦੇ ਬਾਰੇ ਅਸੀਂ ਦੇਖਦੇ ਹਾਂ ਜੋ ਅਸੀਂ ਖੁਦਾਵੰਦ ਦੇ ਦਾਸ ਜਿਹੜੇ ਸ਼ਹੀਦ ਹੋ ਗਏ ਮੈਂ ਆਪਣੇ ਕਮਰੇ 'ਚ ਬੈਠਿਆ ਕਿ ਸ਼ਹੀਦਾਂ ਦਾ ਭਜਨ ਸੁਣ ਰਿਹਾ ਸੀ ਜੰਗ ਜਾਰੀ ਰਹੇਗੀ ਮਸੀਹ ਅਤੇ ਤਸੱਦ ਜ਼ੁਲਮ ਜਿਹੜੇ ਨੇ ਹੁੰਦੇ ਰਹੇ ਨੇ ਅਤੇ ਹੁੰਦੇ ਰਹਿਣਗੇ ਪਰ ਇਹ ਅੰਜੀਲ ਦੇ ਪ੍ਰਚਾਰ ਨੂੰ ਨਾ ਕੋਈ ਰੋਕ ਸਕਿਆ ਅਤੇ ਨਾ ਕੋਈ ਰੋਕ ਸਕੇਗਾ ਹਾਲੇਲੂਇਆ ਇਹ ਪ੍ਰਚਾਰ ਇਵੇਂ ਚੱਲਦਾ ਰਹੇਗਾ ਇਸੇ ਤਰ੍ਹਾਂ ਹੀ ਇਹ ਚੱਲਦੇ ਰਹਿਣੇ ਨੇ ਇਹ ਦੁਨੀਆਂ 'ਤੇ ਕਈ ਆਏ ਅਤੇ ਕਈ ਚਲੇ ਗਏ ਅੱਜ ਅਸੀਂ ਉਸ ਇਨਸਾਨ ਦੇ ਬਾਰੇ ਖੁਦਾਵੰਦ ਦੇ ਪਾਕ ਕਲਾਮ ਨੂੰ ਸਿੱਖ ਰਹੇ ਹਾਂ ਜਿਹਦੇ ਨਾਲ ਖੁਦਾ ਬੋਲਿਆ ਖੁਦਾ ਨੇ ਉਸਨੂੰ ਆਵਾਜ਼ ਦਿੱਤੀ ਖੁਦਾ ਕਿੱਥੇ ਬੋਲਿਆ ਹੈਰਾਨ ਜਗ੍ਹਾ ਇੱਕ ਲਿਖੀ ਹੈ ਜਿਸ ਜਗ੍ਹਾ 'ਤੇ ਲਿਖਿਆ ਕਿ ਖੁਦਾ ਉਹਦੇ ਨਾਲ ਬੋਲਿਆ ਉਸ ਦੇਸ਼ ਦੀ ਸਥਿਤੀ ਕੀ ਹੈ ਉਹਦੀ ਕੰਡੀਸ਼ਨ ਕੀ ਹੈ ਉਹਦੇ ਬਾਰੇ ਅਸੀਂ ਦੇਖਾਂਗੇ ਜਿਸ ਜਗ੍ਹਾ 'ਤੇ ਖੁਦਾ ਉਹਦੇ ਨਾਲ ਬੋਲਿਆ ਉਹਦੇ ਲਾਗੇ ਇੱਕ ਨਦੀ ਹੈ ਜਿਹਨੂੰ ਬੇਲੀਆ ਨਦੀ ਕਰਕੇ ਕਿਹਾ ਗਿਆ ਔਰ ਉਹਦੇ ਕਿਨਾਰੇ ਦੇ ਲਾਗੇ ਇੱਕ ਫਰਾਤ ਨਦੀ ਹੈ ਜਿਹੜੇ ਬਾਦੇ ਉਤਪਤੀ ਵੀ ਜ਼ਿਕਰ ਆਉਂਦਾ ਜਿਹੜੀ ਅਦਨ ਬਾਗ ਨੂੰ ਸਿੰਜਦੀ ਸੀ ਉਸ ਜਗ੍ਹਾ ਤੋਂ ਲਗਭਗ 60 ਕਿਲੋਮੀਟਰ ਦੂਰ ਹੈਰਾਨ ਜਗ੍ਹਾ ਸੀ ਔਰ 60 ਕਿਲੋਮੀਟਰ ਉੱਪਰ ਜਗ੍ਹਾ ਸੀ ਉੱਪਰਲੀ ਜਗ੍ਹਾ ਦੇ ਵਿੱਚ ਸੀ ਉਹਨਾਂ ਨਦੀਆਂ ਨਾਲੋਂ 60 ਕਿਲੋਮੀਟਰ ਉੱਪਰ ਜਗ੍ਹਾ ਸੀ ਜਿਸ ਜਗ੍ਹਾ ਉੱਤੇ ਖੁਦਾ ਉਹਦੇ ਨਾਲ ਬੋਲਿਆ ਖੁਦਾ ਆਪਣੇ ਵਚਨ ਦੇ ਦੁਆਰਾ ਬੋਲਦਾ ਆਪਣੇ ਫਰਿਸ਼ਤਿਆਂ ਦੇ ਦੁਆਰਾ ਬੋਲਦਾ ਔਰ ਖੁਦਾ ਆਪਣੇ ਲੋਕਾਂ ਦੇ ਨਾਲ ਬੋਲਦਾ ਔਰ ਉਸ ਜਗ੍ਹਾ ਦੇ ਵਿੱਚ ਇੱਕ ਬਹੁਤ ਬੜੀ ਜਗ੍ਹਾ ਸੀ ਜਿਹਦੀ ਲੋਕ ਪੂਜਾ ਕਰਦੇ ਸੀ ਉਸ ਨੂੰ ਬੋਲਿਆ ਜਾਂਦਾ ਸੀ ਚੰਦਰ ਦੇਵਤਾ ਚੰਦਰ ਦੇਵਤਾ ਦੀ ਉਸ ਜਗ੍ਹਾ ਉਸ ਉੱਥੇ ਜਗ੍ਹਾ ਸੀ ਹੈਰਾਨ ਦੇ ਵਿੱਚ ਜਿੱਥੇ ਇਸਾਕ ਔਰ ਯਾਕੂਬ ਨੇ ਆਪਣੀਆਂ ਪਤਨੀਆਂ ਜਿਹੜੀਆਂ ਸੀ ਘਰਵਾਲੀਆਂ ਜਿਹੜੀਆਂ ਸੀ ਉਹਨਾਂ ਨੂੰ ਪ੍ਰਾਪਤ ਕੀਤਾ ਇਹ ਉਹ ਜਗ੍ਹਾ ਸੀ ਜਿੱਥੇ ਅਬਰਾਹਾਮ ਸੀ ਜਿੱਥੇ ਸਿਆਰਾ ਸੀ ਜਿੱਥੇ ਰਿਬਕਾ ਸੀ ਜਿੱਥੇ ਲੇਹਾ ਸੀ ਰਾਖਲ ਸੀ ਉਹ ਜਗ੍ਹਾ ਸੀ ਜਿੱਥੇ ਖੁਦਾ ਨੇ ਅਬਰਾਹਾਮ ਨੂੰ ਦਰਸ਼ਨ ਦਿੱਤਾ ਦੂਸਰੀ ਚੀਜ਼ ਔਰ ਚੌਥੀ ਗੱਲ ਕਿ ਉਹ ਜਗ੍ਹਾ ਜਿੱਥੇ ਯਾਕੂਬ ਨੇ ਆਪਣੇ ਪਰਿਵਾਰ ਨੂੰ ਵਧਾਇਆ ਕਿ ਯਾਕੂਬ ਦਾ ਪਰਿਵਾਰ ਜਿਹੜਾ ਸੀ ਉਸ ਜਗ੍ਹਾ 'ਤੇ ਉਹਨਾਂ ਦੀ ਪੈਦਾਇਸ਼ ਹੋਈ ਉੱਥੇ ਉਹਨਾਂ ਦੀ ਪਰਵਰਿਸ਼ ਹੋਈ ਔਰ ਮਸਤੋਪੀਆ ਦੇ ਵਿੱਚ ਜਿਹੜਾ ਅਸੀਂ ਪੜ੍ਹਿਆ ਰਸੂਲ 7 ਬਾਬ ਉਹਦੀ 2 ਆਇਤ ਵਿੱਚ ਮਸਤੋਪੀਆ ਦੇ ਵਿੱਚ ਜਿੱਥੇ ਲਿਖਿਆ ਕਿ ਦਰਸ਼ਨ ਹੋਇਆ
ਉੱਥੇ ਮਸਤੋਪੀਆ ਦੇ ਵਿੱਚ ਜਿਹੜਾ ਅਬਰਾਹਮ ਦਾ ਪਿਤਾ ਤਰਾ ਸੀ ਉਹ ਲਿਖਿਆ ਕਿ ਮਸਤੋਪੀਆ ਦੇ ਵਿੱਚੋਂ ਆਪਣੇ ਪਰਿਵਾਰ ਨੂੰ ਲੈ ਕੇ ਤੇ ਹੈਰਾਨ ਵਿੱਚ ਆ ਗਿਆ ਕਿਉਂਕਿ ਉਸ ਜਗ੍ਹਾ ਦੇ ਵਿੱਚ ਜਿਹੜੀ ਬੁੱਤ ਪੂਜਾ ਹੁੰਦੀ ਸੀ ਉਹਨੇ ਚਾਹਿਆ ਕਿ ਮੈਂ ਆਪਣਾ ਪਰਿਵਾਰ ਜਿਹੜਾ ਇਹਨਾਂ ਦੇ ਵਿੱਚੋਂ ਲੈ ਕੇ ਤੇ ਅਲੱਗ ਹੋ ਜਾ ਔਰ ਉਹ ਹੈਰਾਨ ਦੇ ਵਿੱਚ ਰਿਹਾ ਕਿਉਂਕਿ ਉਸ ਮੂਰਤੀ ਪੂਜਾ ਤੋਂ ਉਹਦਾ ਮਨ ਜਿਹੜਾ ਸੀ ਉਹ ਫਿਰ ਚੁੱਕਾ ਸੀ ਰਸੂਲ ਸੱਤ ਬਾਬ ਉਹਦੀ ਦੋ ਆਇਤ ਦੱਸਦੀ ਆ ਕਿ ਅਬਰਾਹਮ ਨੂੰ ਖੁਦਾ ਦੀ ਬਲਾੜ ਸੀ ਅਬਰਾਹਮ ਦੇ ਬਾਰੇ ਸੀ ਖੁਦਾਵੰਦ ਦੇ ਪਾਕ ਕਲਾਮ ਦੇ ਵਿੱਚੋਂ ਸਿੱਖਣਾ ਔਰ ਬੜੇ ਧਿਆਨ ਦੇ ਨਾਲ ਤੁਸੀਂ ਦੇਖਣਾ ਪਹਿਲਾਂ ਦੇਖਣਾ ਕਿ ਅਬਰਾਹਮ ਕੀ ਆ ਉਹਦੀ ਸਥਿਤੀ ਕੀ ਆ ਖੁਦਾਵੰਦ ਦੇ ਨਾਲ ਉਹਦਾ ਪਿਆਰ ਕੀ ਆ ਖੁਦਾ ਦੇ ਨਾਲ ਉਹਦਾ ਨੇਮ ਕੀ ਆ ਖੁਦਾ ਦੇ ਉਹਦੇ ਨਾਲ ਵਾਅਦੇ ਕੀ ਆ ਅਬਰਾਹਮ ਦੇ ਬਾਰੇ ਜਦੋਂ ਅਸੀਂ ਖੁਦਾਵੰਦ ਦਾ ਪਾਕ ਕਲਾਮ ਪੜ੍ਹਦੇ ਹਾਂ ਅਤੇ ਬਾਈਬਲ ਦੇ ਵਿੱਚ ਲਿਖਿਆ ਕਿ ਖੁਦਾ ਨੇ 14 ਕਿਸਮ ਦੇ ਉਸਦੇ ਨਾਲ ਉਸਨੂੰ ਆਗਿਆ ਦਿੱਤੀ ਹੈ ਅਬਰਾਹਮ ਜਿਹੜਾ ਸੀ ਉਹਨੂੰ ਖੁਦਾ ਨੇ 14 ਕਿਸਮ ਦੇ ਹੁਕਮ ਦਿੱਤੇ ਜਾਂ ਉਹਨਾਂ ਨੂੰ 14 ਕਿਸਮ ਦੀ ਆਗਿਆ ਦਿੱਤੀ ਖੁਦਾ ਨੇ ਕਿਹਾ ਕਿ ਤੂੰ ਇਸ ਆਗਿਆ ਦੀ ਪਾਲਣਾ ਕਰਨੀ ਹੈ ਸਾਡੇ ਕੋਲ ਸਮਾਂ ਬੜਾ ਥੋੜ੍ਹਾ ਵਾ ਮੈਂ ਇੱਕ ਇੱਕ ਗੱਲ ਦੀ ਵਿਆਖਿਆ ਨਹੀਂ ਕਰ ਸਕਦਾ ਪਰ ਤੁਸੀਂ ਸਮਝਦਾਰ ਹੋ ਤੁਸੀਂ ਇੱਕ ਇੱਕ ਗੱਲ ਨੂੰ ਸਮਝ ਸਕਦੇ ਹੋ ਪਹਿਲੀ ਗੱਲ ਅੱਜ ਤੁਹਾਡੇ ਵਾਸਤੇ ਵੀ ਇਹ ਖੁਦਾਵੰਦ ਦੀ ਸ਼ਿਕਸ਼ਾ ਵਾ ਕਿ ਤੁਸੀਂ ਖੁਦਾ ਦੇ ਕਲਾਮ ਨੂੰ ਸਮਝ ਸਕੋ ਪਹਿਲੀ ਗੱਲ ਉਹਨੂੰ ਖੁਦਾ ਦੀ ਜਦੋਂ ਬਲਾਹਟ ਹੋਈ ਮਸਤੋਪੀਆ ਤੋਂ ਨਿਕਲ ਕੇ ਜਦੋਂ ਹੈਰਾਨ ਵਿੱਚ ਆਇਆ ਖੁਦਾ ਦੀ ਬਲਾਹਟ ਹੋਈ ਫਿਰ ਖੁਦਾ ਨੇ ਉਹਨੂੰ ਅੱਗੇ ਤੋਰਿਆ ਬਾਈਬਲ ਦੱਸਦੀ ਹੈ ਇਸਤੀਫਨ ਜਿਸ ਨੂੰ ਪੱਥਰ ਮਾਰ ਮਾਰ ਕੇ ਲੋਕਾਂ ਨੇ ਮਾਰ ਦਿੱਤਾ ਉਹਨੇ ਰਸੂਲਾਂ ਦੀ ਕਿਤਾਬ 7 ਬਾਬ ਦੇ ਵਿੱਚ ਉਹਦੀ ਹਿਸਟਰੀ ਲਿਖੀ ਆ ਭਈ ਉਹ ਖੁਦਾ ਦਾ ਪ੍ਰਚਾਰ ਕਰ ਰਿਹਾ ਸੀ ਔਰ ਉਹਨੂੰ ਪ੍ਰਚਾਰ ਕਰਦੇ ਕਰਦੇ ਮਾਰਿਆ ਗਿਆ ਉਹ ਅਬਰਾਹਮ ਦੇ ਬਾਰੇ ਪ੍ਰਚਾਰ ਕਰ ਰਿਹਾ ਸੀ ਅਬਰਾਹਮ ਦੇ ਬਾਰੇ ਦੱਸ ਰਿਹਾ ਸੀ ਉਹ ਕਹਿ ਰਿਹਾ ਸੀ ਦੇਖੋ ਹੈਰਾਨ ਵਿੱਚ ਜਾਣ ਤੋਂ ਪਹਿਲਾਂ ਜਦੋਂ ਮਸਤੋਪੀਆ ਵਿੱਚ ਸੀ ਤਾਂ ਖੁਦਾ ਨੇ ਉਹਨੂੰ ਤੇਜ਼ ਰੂਪ ਵਿੱਚ ਦਿਖਾਈ ਦਿੱਤੀ ਬਾਈਬਲ ਦੱਸਦੀ ਹੈ ਕਿ ਉਤਪਤ ਦੀ ਕਿਤਾਬ 12 ਬਾਬ ਦੇ ਵਿੱਚ ਜਿਸ ਵਕਤ ਖੁਦਾ ਨੇ ਉਹਨੂੰ ਆਵਾਜ਼ ਦਿੱਤੀ ਜਦੋਂ ਖੁਦਾ ਨੇ ਉਹਦੇ ਨਾਲ ਬੋਲਿਆ ਉਦੋਂ ਪਹਿਲਾਂ ਵੀ ਖੁਦਾ ਨੂੰ ਦਰਸ਼ਨ ਦੇ ਚੁੱਕਾ ਸੀ ਕਿਉਂਕਿ ਉਹਨੂੰ ਖੁਦਾ ਦੀ ਬੁਲਾੜ ਸੀ ਉਹ ਖੁਦਾ ਦਾ ਬੁਲਾਇਆ ਹੋਇਆ ਸੀ ਹੁਣ ਜਿਹੜੀਆਂ 14 ਕਿਸਮ ਦੀਆਂ ਆਗਿਆ ਖੁਦਾ ਨੇ ਦਿੱਤੀਆਂ ਨੇ ਉਹਨਾਂ ਦੀਆਂ ਆਗਿਆ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਨਾ ਹਰ ਖੁਦਾ ਦੀ ਆਗਿਆ ਦੇ ਨਾਲ ਇੱਕ ਤਾਂ ਹਰ ਇਨਸਾਨ ਦੀ ਭਲਾਈ ਹੁੰਦੀ ਆ ਇੱਕ ਇਨਸਾਨ ਦੀ ਬਰਕਤ ਹੁੰਦੀ ਆ ਖੁਦਾ ਆਪਣੇ ਵਾਅਦੇ ਹਰ ਹੁਕਮ ਦੇ ਨਾਲ ਇਨਸਾਨ ਨੂੰ ਦੇ ਕੇ ਅਤੇ ਉਹਦੇ ਜੀਵਨ ਦੇ ਵਿੱਚ ਪੂਰੇ ਕਰਦਾ ਪਹਿਲੀ ਗੱਲ ਖੁਦਾ ਨੇ ਕਹੀ ਆਪਣੇ ਦੇਸ਼ ਤੋਂ ਨਿਕਲ ਜਾ ਤੁਸੀਂ ਸਮਝਦਾਰ ਹੋ ਤੁਸੀਂ ਸਮਝ ਸਕਦੇ ਹੋ ਕਿ ਆਪਣੇ ਦੇਸ਼ ਤੋਂ ਕਿਉਂ ਨਿਕਲਣਾ ਦੂਸਰੀ ਗੱਲ ਖੁਦਾ ਨੇ ਕਹੀ ਆਪਣੇ ਸੰਬੰਧੀਆਂ ਨੂੰ ਛੱਡ ਦੇ ਅੱਜ ਵੀ ਮੇਰੀ ਇੱਕ ਹਰ ਸੇਵਕ ਨੂੰ ਅਤੇ ਹਰ ਇਮਾਨਦਾਰ ਨੂੰ ਚੇਤਾਵਨੀ ਆ ਆਪਣੇ ਸੰਬੰਧੀਆਂ ਤੋਂ ਬਚ ਕੇ ਰਹੋ ਖੁਦਾ ਨੇ ਅਬਰਾਹਮ ਨੂੰ ਕਿਹਾ ਆਪਣੇ ਸੰਬੰਧੀਆਂ ਨੂੰ ਛੱਡ ਦੇ ਜਦੋਂ ਵੀ ਇਨਸਾਨ ਡਾਊਨ ਹੋਵੇਗਾ ਆਪਣੇ ਸੰਬੰਧੀਆਂ ਦੇ ਦੁਆਰਾ ਹੀ ਹੋਵੇਗਾ ਪ੍ਰਭੂ ਯਿਸੂ ਮਸੀਹ ਨੂੰ ਫੜਾਉਣ ਵਾਲਾ ਕੋਈ ਬਗਾਨਾ ਨਹੀਂ ਹੋਵੇਗਾ ਉਹਦਾ ਚੇਲਾ ਹੀ ਹੋਵੇਗਾ ਇਸ ਵਾਸਤੇ ਖੁਦਾ ਨੇ ਉਹਨੂੰ ਕਿਹਾ ਆਪਣੇ ਸੰਬੰਧੀਆਂ ਨੂੰ ਛੱਡ ਦੇ ਚੌਕਸ ਹੋ ਜਾ ਜਿੱਥੇ ਮੈਂ ਤੈਨੂੰ ਲੈ ਕੇ ਜਾਣਾ ਤੂੰ ਉੱਥੋਂ ਤੱਕ ਪਹੁੰਚ ਨਹੀਂ ਸਕਦਾ ਜੇ ਤੂੰ ਉੱਥੋਂ ਤੱਕ ਪਹੁੰਚਣਾ ਆਪਣੇ ਸੰਬੰਧੀ ਜਿਹੜੇ ਨੇ ਉਹਨਾਂ ਦਾ ਤਿਆਗ ਕਰ ਦੇ ਤੀਸਰੀ ਗੱਲ ਖੁਦਾ ਨੇ ਕਹੀ ਆਪਣੇ ਪਿਤਾ ਦੇ ਘਰ ਨੂੰ ਛੱਡ ਦੇ ਤੁਸੀਂ ਸਮਝਦਾਰ ਹੋ ਖੁਦਾ ਕਿਉਂ ਕਹਿ ਰਿਹਾ ਖੁਦਾ ਕਿਸੇ ਦੇ ਵਿਗਾੜ ਪਾਉਣ ਵਿੱਚ ਖੁਸ਼ ਨਹੀਂ ਹੈ ਖੁਦਾ ਨਹੀਂ ਚਾਹੁੰਦਾ ਪਰ ਖੁਦਾ ਕਿਉਂ ਕਹਿ ਰਿਹਾ ਕਿ ਆਪਣੇ ਪਿਤਾ ਦੇ ਘਰ ਨੂੰ ਛੱਡ ਦੇ ਚੌਥੀ ਗੱਲ ਖੁਦਾ ਨੇ ਕਹੀ ਉਸ ਦੇਸ਼ ਵਿੱਚ ਜਾ ਜੋ ਮੈਂ ਤੈਨੂੰ ਦਿਖਾਵਾਂਗਾ ਮੈਂ ਜਾਵੇਂਗਾ ਤੂੰ ਪੰਜਵੀਂ ਗੱਲ ਖੁਦਾ ਨੇ ਕਹੀ ਉਸ ਦੇਸ਼ ਦੀ ਲੰਬਾਈ ਅਤੇ ਚੜਾਈ ਵਿੱਚ ਚੱਲ ਫਿਰ ਕਿਉਂਕਿ ਉਹ ਦੇਸ਼ ਮੈਂ ਤੈਨੂੰ ਦੇਵਾਂਗਾ ਛੇਵੀਂ ਖੁਦਾ ਨੇ ਆਗਿਆ ਦਿੱਤੀ ਮੇਰੇ ਲਈ ਬਲੀਦਾਨ ਚੜਾ ਕਿਉਂਕਿ ਖੁਦਾ ਬਲੀਦਾਨ ਤੋਂ ਖੁਸ਼ ਹੁੰਦਾ ਬਲੀਦਾਨ ਖੁਦਾ ਦੇ ਕ੍ਰੋਧ ਨੂੰ ਠੰਡਾ ਕਰਦਾ ਜੇ ਬਲੀਦਾਨ ਨਾ ਹੁੰਦਾ ਤਾਂ ਕਿਸੇ ਇਨਸਾਨ ਨੂੰ ਨਜਾਤ ਨਾ ਮਿਲਦੀ
ਪਰ ਹੁਣ ਇਹਦੇ ਬਲੀਦਾਨ ਵਾਸਤੇ ਵੀ ਅਸੀਂ ਕਲੀਅਰ ਕਰਕੇ ਨਹੀਂ ਸਿੱਖ ਸਕਦੇ ਬਾਕੀ ਬਲੀਦਾਨ ਦੇ ਬਾਰੇ ਚੰਦ ਗੱਲਾਂ ਤੁਸੀਂ ਸਿੱਖਣੀਆਂ ਹੁਣ ਇੱਕ ਵੱਖਰਾ ਵਿਸ਼ਾ ਵਾ ਪਹਿਲਾ ਬਲੀਦਾਨ ਅਦਨ ਦੇ ਬਾਗ ਦੇ ਵਿੱਚ ਹੋਇਆ ਔਰਤ ਤੇ ਆਦਮੀ ਦੇ ਨੰਗੇਜ ਤੇ ਪਰਦਾ ਪਾਉਣ ਵਾਸਤੇ ਉਹਨੂੰ ਟੱਕਣ ਵਾਸਤੇ ਛਤਰਾ ਕੁਰਬਾਨ ਹੋਇਆ ਤੇ ਆਦਮ ਇਸ ਗੱਲ ਨੂੰ ਸਮਝ ਗਿਆ ਮੈਂ ਗੁਨਾਹ ਕੀਤਾ ਮੇਰਾ ਨੰਗੇਜ ਪ੍ਰਗਟ ਹੋਇਆ ਛਤਰੇ ਨੇ ਕੋਈ ਗੁਨਾਹ ਨਹੀਂ ਕੀਤਾ ਪਰ ਇਹ ਗੇ ਬੇਗੁਨਾਹ ਛਤਰਾ ਮੇਰੇ ਲਈ ਕੁਰਬਾਨ ਹੋ ਰਹੇ ਆ ਦੂਸਰਾ ਛਤਰਾ ਖਾਬਲ ਨੇ ਕੁਰਬਾਨ ਕੀਤੇ ਉਹਦੇ ਉਹਦੀ ਕੁਰਬਾਨੀ ਦੇ ਵਿੱਚ ਲਹੂ ਸੀ ਖੁਦਾ ਨੇ ਉਹਨੂੰ ਕਬੂਲ ਕਰ ਲਿਆ ਉਹਦੇ ਤੋਂ ਲੈ ਕੇ ਅੱਗੇ ਤੁਸੀਂ ਪੜ੍ਹਦੇ ਜਾਓਗੇ ਤੁਸੀਂ ਕੁਰਬਾਨੀਆਂ ਨੂੰ ਦੇਖਦੇ ਜਾਓਗੇ ਵੀ ਕੁਰਬਾਨੀ ਦਾ ਫਾਇਦਾ ਕੀ ਆ ਮਿਸਰ ਦੇਸ਼ ਦੇ ਵਿੱਚ ਜਦੋਂ ਪਲੌਠੇ ਮਰੇ ਉੱਥੇ ਵੀ ਛਤਰੇ ਦੀ ਕੁਰਬਾਨੀ ਉਹ ਛਤਰੇ ਦਾ ਲਹੂ ਜਿਸ ਘਰ ਦੇ ਉੱਤੇ ਛਤਰੇ ਦਾ ਨਿਸ਼ਾਨ ਹੋਵੇਗਾ ਉਸ ਘਰ ਦੇ ਅੰਦਰ ਮੌਤ ਦਾ ਫਰਿਸ਼ਤਾ ਦਾਖਲ ਨਹੀਂ ਹੋਵੇਗਾ ਇਸ ਤਰ੍ਹਾਂ ਲਈ ਲੋਕ ਮਿਲਾਪ ਦੇ ਤੰਬੂ ਦੇ ਵਿੱਚ ਫਿਰ ਉਸਦੇ ਬਾਅਦ ਸੁਲੇਮਾਨ ਦੀ ਹੈਕਲ ਦੇ ਵਿੱਚ ਛਤਰਿਆਂ ਨੂੰ ਕੁਰਬਾਨ ਕਰਦੇ ਸੀ ਆਪਣੇ ਗੁਨਾਹਾਂ ਦੇ ਪਸ਼ਚਾਤਾਪ ਦੇ ਵਾਸਤੇ ਉਹ ਇਹ ਸਮਝਦੇ ਸੀ ਮੈਂ ਗੁਨਾਹ ਕਰਨਾ ਅਤੇ ਮੇਰੇ ਲਈ ਕੋਈ ਛਤਰਾ ਵਾ ਜਿਹੜਾ ਕੁਰਬਾਨ ਹੋ ਰਿਹਾ ਉਹਦੀ ਕੁਰਬਾਨੀ ਚੱਲਦੇ ਚੱਲਦੇ ਅਬਰਾਹਮ ਦੇ ਬੇਟੇ ਦੀ ਕੁਰਬਾਨੀ ਚੱਲਦੇ ਚੱਲਦੇ ਅਬਰਾਹਮ ਦੇ ਅੱਗੇ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਉੱਤੇ ਸਾਰੀਆਂ ਕੁਰਬਾਨੀਆਂ ਜਿਹੜੀਆਂ ਸੀ ਸਮਾਪਤ ਹੋ ਗਈਆਂ ਆਦਮ ਤੋਂ ਲੈ ਕੇ ਯਿਸੂ ਮਸੀਹ ਤੱਕ ਜਿੰਨੀਆਂ ਵੀ ਕੁਰਬਾਨੀਆਂ ਨੇ ਪ੍ਰਭੂ ਯਿਸੂ ਮਸੀਹ ਨੂੰ ਇੱਕ ਲੀਲਾ ਕਰਕੇ ਦਿਖਾਉਂਦੀਆਂ ਨੇ ਅਬਰਾਹਮ ਨੂੰ ਖੁਦਾ ਨੇ ਕਿਹਾ ਕੁਰਬਾਨੀ ਚੜਾ ਸੱਤਵੀਂ ਗੱਲ ਪ੍ਰਭੂ ਨੇ ਕਹੀ ਮੇਰੇ ਸਨਮੁਖ ਚੱਲ ਪ੍ਰਭੂ ਨੇ ਉਹਨੂੰ ਕਦੋਂ ਕਿਹਾ ਮੇਰੇ ਸਨਮੁਖ ਚੱਲ 74 ਸਾਲ ਦੀ ਉਮਰ ਦੇ ਵਿੱਚ ਉਹ ਚੱਲਿਆ 74 ਸਾਲ ਦੀ ਉਮਰ ਦੇ ਵਿੱਚ ਚੱਲਿਆ 99 ਸਾਲ ਤੱਕ ਯਿਸੂ ਮਸੀਹ ਕਹਿ ਰਿਹਾ ਮੇਰੇ ਸਨਮੁਖ ਚੱਲ ਅਤੇ ਸੰਪੂਰਨ ਹੋ ਅੱਜ ਵੀ ਇਹ ਖੁਦਾ ਦੀ ਚਿੰਤਾਵਨੀ ਆ ਹਰ ਇਮਾਨਦਾਰ ਨੂੰ ਹਰ ਸੇਵਕ ਨੂੰ ਆਪਣੀ ਜ਼ਿੰਦਗੀ 'ਤੇ ਧਿਆਨ ਦੇਵੇ ਆਪਣੀ ਜ਼ਿੰਦਗੀ ਨੂੰ ਦੇਖੇ ਪ੍ਰਭੂ ਦੇ ਸਾਹਮਣੇ ਖੜਾ ਹੋਵੇ ਪ੍ਰਭੂ ਦੇ ਸਾਹਮਣੇ ਖੜੇ ਹੋਣ ਦਾ ਅਰਥ ਕੀ ਹੈ ਅੱਜ ਇੱਕ ਗੱਲ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ ਹਰ ਇਨਸਾਨ ਦੇ ਅੱਗੇ ਖੜੇ ਹੋਣਾ ਬੜਾ ਸੌਖਾ ਵਾ ਅਤੇ ਪ੍ਰਭੂ ਦੇ ਅੱਗੇ ਖੜਾ ਹੋਣਾ ਬੜਾ ਔਖਾ ਵਾ ਏਲੀਆ ਪਹਾੜਾਂ ਦੀਆਂ ਖੁੰਦਰਾਂ ਵਿੱਚ ਰਿਹਾ ਜਿੱਥੇ ਖੁਦਾ ਨੇ ਕਿਹਾ ਗਿਆ ਖੁਦਾ ਨੇ ਕਿਹਾ ਖਾ ਖਾਧਾ ਖੁਦਾ ਦੇ ਅੱਗੇ ਖੁਦਾ ਦੀ ਹਜ਼ੂਰੀ ਦੇ ਵਿੱਚ ਏਲੀਆ ਜਿਹੜਾ ਸੀ ਖੜਾ ਰਿਹਾ ਅੱਜ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਹਦਾ ਉਦਾਹਰਣ ਦਿੰਦੇ ਨੇ ਏਲੀਆ ਇੱਕ ਹੀ ਹੁੰਦਾ ਏਲੀਆ ਇੱਕ ਹੀ ਹੁੰਦਾ ਦੂਜਾ ਨਹੀਂ ਹੁੰਦਾ ਬਿਲਕੁਲ ਗੱਲ ਹਕੀਕਤ ਆ ਏਲੀਆ ਇੱਕ ਹੀ ਹੁੰਦਾ ਪਰ ਏਲੀਆ ਕੌਣ ਹੁੰਦਾ ਏਲੀਆ ਜਿਹੜਾ ਪਹਾੜਾਂ ਦੀਆਂ ਖੁੰਦਰਾਂ ਵਿੱਚ ਰਵੇ ਅਤੇ ਜਿਹਨੂੰ ਕਾਂ ਲਿਆ ਕੇ ਰੋਟੀ ਦੇਣ ਜਿਹੜਾ ਰੱਬ ਦੀ ਰਜ਼ਾ ਵਿੱਚ ਰਵੇ ਰੱਬ ਕਵੇ ਅਤੇ ਰੋਟੀ ਖਾਵੇ ਰੱਬ ਕਵੇ ਅਤੇ ਪਾਣੀ ਪੀਵੇ ਜਿਹਨੇ ਸਾਰੀ ਉਮਰ ਇੱਕ ਪੈਸਾ ਵੀ ਕਿਸੇ ਕੋਲੋਂ ਚੰਦਾ ਨਹੀਂ ਲਿਆ ਅੱਜ ਏਲੀਆ ਦੀ ਉਦਾਹਰਣ ਉਹ ਦੇਵੇ ਪਹਿਲੇ ਬਾਈਬਲ ਨੂੰ ਫੋਲ ਕੇ ਦੇਖੇ ਵੀ ਏਲੀਆ ਨੇ ਕਿਸੇ ਕੋਲੋਂ ਚੰਦਾ ਲਿਆ ਇਹ ਚੰਦੇ ਦੀ ਸਾਨੂੰ ਜ਼ਰੂਰਤ ਆ ਏਲੀਆ ਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ ਏਲੀਆ ਇੱਦਾਂ ਦਾ ਇਨਸਾਨ ਨਾ ਕਿਸੇ ਕੋਲੋਂ ਮੰਗਦਾ ਨਾ ਰੱਬ ਕੋਲੋਂ ਮੰਗਦਾ ਉਹਨੇ ਰੱਬ ਕੋਲੋਂ ਕੁਝ ਨਹੀਂ ਮੰਗਿਆ ਇੱਕੋ ਹੀ ਵਾਰੀ ਉਹਨੇ ਰੱਬ ਕੋਲੋਂ ਮੰਗਿਆ ਬਸ ਕੀ ਮੰਗਿਆ ਰੱਬ ਕੋਲੋਂ ਮੌਤ ਮੰਗੀ ਰੱਬ ਨੇ ਉਹ ਵੀ ਨਹੀਂ ਉਹਦੀ ਆਸ ਪੂਰੀ ਕੀਤੀ ਰੱਬ ਨੇ ਇੰਨੀ ਉਹਦੀ ਉਮਰ ਕਰ ਦਿੱਤੀ ਅਜੇ ਵੀ ਉਹ ਜਿਉਂਦਾ ਹੀ ਆ ਹਾਲੇ ਲੋਈ ਆ ਅਜੇ ਵੀ ਖੁਦਾ ਦੇ ਘਰ ਵਿੱਚ ਜਿੰਦਾ ਹੀ ਸਮਾਨ 'ਤੇ ਚਲਾ ਗਿਆ ਖੁਦਾ ਨੇ ਕਿਹਾ ਜਾ ਤੂੰ ਮੌਤ ਮੰਗੀ ਆ ਖੁਦਾ ਦਾ ਬੰਦਾ ਕਦੀ ਖੁਦਾ ਕੋਲੋਂ ਕੁਝ ਨਹੀਂ ਮੰਗਦਾ ਕਿਉਂਕਿ ਖੁਦਾ ਦੇ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਬਿਨ ਮੰਗਿਆ ਮਿਲਦਾ ਹਾਲੇ ਲੋਈ ਆ ਬੱਚੇ ਨੂੰ ਮਾਂ ਝਿੜਕਦੀ ਆ ਬੱਚਾ ਰੁੱਸਦਾ ਮਾਂ ਮਨਾਉਂਦੀ ਆ ਅਤੇ ਜਿੰਨਾ ਚਿਰ ਬੱਚਾ ਮੰਨ ਨਾ ਜਾਵੇ ਮਾਂ ਨੂੰ ਚੈਨ ਨਹੀਂ ਆਉਂਦਾ ਲੱਖਾਂ ਗੁਣਾ ਮਾਂ ਨਾਲੋਂ ਪਿਆਰ ਖੁਦਾ ਦਾ ਜ਼ਿਆਦਾ ਵਾ ਜੋ ਇਨਸਾਨ ਦੇ ਨਾਲ ਕਰਦਾ ਖੁਦਾ ਦੇ ਲੋਕਾਂ ਨੂੰ ਮੰਗਣ ਦੀ ਲੋੜ ਨਹੀਂ ਇੱਕੋ ਵਾਰੀ ਮੰਗਿਆ ਤੁਸੀਂ ਏਲੀਆ ਦੀ ਸਾਰੀ ਹਿਸਟਰੀ ਪੜ੍ਹੋ ਤੁਹਾਨੂੰ ਕਿਤੇ ਲੱਭੇਗਾ ਨਹੀਂ ਵੀ ਉਹਨੇ ਰੱਬ ਕੋਲੋਂ ਕੁਝ ਮੰਗਿਆ ਹੋਵੇ ਰੋਟੀ ਪਾਣੀ ਕੁਝ ਮੰਗਿਆ ਹੋਵੇ ਵਿਧਵਾ ਦੇ ਘਰ ਖੁਦਾ ਨੇ ਘੱਲਿਆ ਉਹ ਨਹੀਂ ਗਿਆ ਉਹਨੇ ਕਿਹਾ ਮੈਂ ਨਹੀਂ ਜਾਣਾ ਰੱਬ ਲਈ ਜਿਉਣਾ ਵਾ ਰੋਟੀ ਦੇਵੇਗਾ ਠੀਕ ਆ
مر جا گے تاں بھی ٹھیک ہے اسی رب کولوں ہی جانا ایکو واری رب کو منگیا بے خدا بندہ میں کوئی پیو دادیا نالوں چنگا نہیں بس میں یہو چاہنا کہ مینوں موت دے دے موت دے دے میں بھی پچھلے دنوں چکر پور کیا سی میری لمبی عمر لئی کسی نے دعا نہیں کرنی تواڈے چوں کسی نے سنیا سی کو ہاتھ کھڑا کریے ہے باقی نہیں سنیا ہے نا اج سن لو میری لمبی عمر لئی دعا نہیں کرنی خدا جاندا میں اپنے پرمیشر نو دیکھنا چاہنا اودے کول جانا چاہنا میں 24 گھنٹے تیار رہنا 24 گھنٹے رڈی 24 گھنٹے اپنے خدا دی حضوری دے وچ خدا نو ملن واسطے تیار رہنا اے میرے لئی دعا کریو بھی بھاویں میری زندگی ایک دن ہی ہوے بس رب چ ہو کے گزر جائے تے جتھے مینوں رب نے رکھیا میں اوتھے ٹکیا رہواں بس تے کیویں نہ کیویں میں خدا دی مشیا نو پورا کر کے تے مردیاں دے وچوں جی اٹھن دی پدوی نو پراپت کراں اے دعا کرنی ہے بھی میرے واسطے بھی میں خدا چ کی رہواں ہیلو سمجھدے جا نہیں خدا دے وچ کی رہواں قائم رہواں ایہو ہی میرا شوق ہے بھی میرا آخری دم بھی خدا دے وچ جاوے یہ شوق پیدا کتنا ہویا دنیا دے وچ رہ رہ کے دنیا نو دیکھ دیکھ کے تے شوق پیدا ہویا اسی لیے خدا نے ابراہم نو کیا دیر چھڑ دے اپنے سبندی چھڑ دے اپنے پتا دے گھر نو چھڑ دے اٹھویں گل لکھیے میرے نال کیتے ہوئے نیم نو پورا کر ہے ابراہم میرے نال کیتے ہوئے نیم نو کی کرنا پورا کرنا ناوی انہوں آگیا دیتی کہ تواڈے وچ ہر آدمی دا ختنہ ہوئے ہر آدمی دا ختنہ ایک نیم سی خدا دا دسویں گل انہیں کہی کہ ختنہ اپنی مرضی نال نہیں اٹھویں دن ختنہ ہوئے گیارویں گل کہی اساق دے بارے دا نام اساق رکھنا بارویں گل کہی اپنی پتنی دی گل نو من لے تیرویں گل کہی ساگ دا بلیدان چلا چودھویں گل خدا نے کہی اس بچے تے چھری نہیں چلاونی چودہ آگیا خدا نے دتیاں اودی ساری ہسٹری دے وچ ابراہم دا اتہاس نو پڑھنا ہوئے تسی 12 باب تو لے کے پیدائش دی کتاب 5 باب تک پڑھ سکدے کسی نے لکھنا لکھ لو ابراہم دا اتہاس اتپت دی کتاب 12 باب تو 5 آیت تک 5 باب تک اسحاق دا اتہاس 21 باب تو لے کے 35 باب تک یعقوب دا اتہاس 5 باب تو لے کے 49 تک اتہاس یہ تینوں دے اتہاس جڑے نے تسی پڑھ سکدے ہو 12 باب تو لے کے 5 تک ابراہم دا اتہاس 21 باب تو لے کے 35 تک اسحاق دا اتہاس 5 باب تو لے کے 49 تک ابراہم دا اتہاس ہوں اسی خداوند دے وچن دیاں چند گلاں نے جنہاں دے اُتے اسی غور کرنی ہے جڑے وچن اسی پڑھے نے ہوں کوئی آگیا نہیں آئی کوئی آگے آوے گی تے پھر اسی اے وچن نو دیکھاں گے جاں کی ٹائم ہویا بیٹا ہم دے دے میں ہوں اسی جڑا عبرانی دا وچن پڑھیا اُہدے تو پہلے تسی ایک گل نو نوٹ رکھنا کہ 14 آگیا خدا نے ابراہم نو دتیاں تے 48 خدا نے اُہدے نال وعدے کیتے وعدہ کی ہے تو اپنے میں تینوں انس دواں گا تینوں انساں دواں گا میں تیری ڈھال ہاں اس طرح کر کے 48 وعدے خدا نے اُہدے نال کیتے 48 وعدے کتھے کتھے لکھے نے تہانوں ضرورت ہوئے تسی اپنا فون نمبر تے سانوں فون کر سکدے ہو اسی یہ وچن لے کے تواڈے فون تے سینڈ کر دیاں گے تواڈے کولے ساڈا وچن جڑا پہنچ جائے گا کسی نو ضرورت ہوے تسی فون کر سکدے ہو ابراہم دے نال خدا نے 48 وعدے کیتے 2 + 50 ہن اسی یہ بائبل دے وچوں جڑے خدا دے وچن پڑھے نے ایہدے وچ لکھیا کہ ابراہم دا ایمان دیکھو کدھاں دا ایمان سی جن نے ایمان دے نال خدا دے کولوں برکت پائی ਇਹਦੇ ਵਿੱਚ 6 ਗੱਲਾਂ ਨੇ ਜਿਹਦੇ ਉੱਤੇ ਅਸੀਂ ਗੌਰ ਕਰਾਂਗੇ ਜਿਹਨਾਂ ਨੂੰ ਅਸੀਂ ਥੋੜ੍ਹੇ ਥੋੜ੍ਹੇ ਮਿੰਟਾਂ ਦੇ ਵਿੱਚ ਸਮਝਣਾ ਤੁਸੀਂ ਜ਼ਿਆਦਾ
ਵਚਨ ਵੱਲ ਧਿਆਨ ਦੇ ਕੇ ਰੱਖਣਾ ਸੀ ਕੋਈ ਦੁਨੀਆਦਾਰੀ ਦੀ ਗੱਲ ਨਹੀਂ ਕਰਨ ਆਏ ਤੇ ਨਾ ਆਪਾਂ ਕਿਸੇ ਦੀ ਵਿਰੋਧਤਾ ਕਰਨ ਆਏ ਆ ਕਿਉਂਕਿ ਜਿਹੜਾ ਰੱਬ ਦਾ ਬੰਦਾ ਹੁੰਦਾ ਉਹਦਾ ਸੱਜਣ ਕੋਈ ਨਹੀਂ ਹੁੰਦਾ ਇਹ ਬਿਲਕੁਲ ਗੱਲ ਹਕੀਕਤ ਹੈ ਇੱਕ ਵੀ ਨਹੀਂ ਤੇ ਉਹਦਾ ਦੁਸ਼ਮਣ ਵੀ ਕੋਈ ਨਹੀਂ ਹੁੰਦਾ ਨਾ ਤੇ ਅਸੀਂ ਕਿਸੇ ਦੀ ਸੋਭਾ ਕਰਨ ਆਏ ਆ ਕਿਉਂਕਿ ਸੋਭਾ ਅਸੀਂ ਕਰ ਨਹੀਂ ਸਕਦੇ ਅਸੀਂ ਕਰਨੇ ਆ ਸਿਰਫ ਖੁਦਾ ਦੀ ਤੇ ਨਿੰਦਾ ਅਸੀਂ ਕਿਸੇ ਦੀ ਕਰਦੇ ਨਹੀਂ ਆ ਕਿਉਂਕਿ ਸਾਨੂੰ ਪਰਮੇਸ਼ਰ ਵੱਲੋਂ ਕੋਈ ਹੱਕ ਨਹੀਂ ਹੈ ਤੇ ਨਾ ਆਪਾਂ ਦੁਨੀਆਦਾਰੀ ਦੀਆਂ ਗੱਲਾਂ ਕਰਨੇ ਅਸੀਂ ਖੁਦਾ ਦੀ ਬਾਣੀ ਸਾਨੂੰ ਮਿਲੀ ਆ ਤੇ ਅੰਜੀਲ ਦਾ ਪ੍ਰਚਾਰ ਕਰਨ ਵਾਸਤੇ ਖੁਦਾ ਨੇ ਸਾਨੂੰ ਬੁਲਾਇਆ ਵਾ ਤੇ ਇਸੇ ਕੰਮ 'ਚੋਂ ਸਾਡਾ ਸਮਾਂ ਜਿਹੜਾ ਵਾ ਬਹੁਤ ਘੱਟ ਨਿਕਲਦਾ ਇਸ ਵਾਸਤੇ ਵਚਨ ਦੀਆਂ ਗੱਲਾਂ ਕਰਨੀਆਂ ਪਹਿਲੀ ਚੀਜ਼ ਜਿਹੜੇ ਅਸੀਂ ਵਚਨ ਪੜ੍ਹੇ ਨੇ ਇਬਰਾਨੀਆਂ 11 ਬਾਬ ਇਹ ਪੂਰਾ 11 ਬਾਬ ਜਿਹੜਾ ਨੇਚਾ ਵਾਲੇ ਲੋਕਾਂ ਦੇ ਵਾਸਤੇ ਲਿਖਿਆ ਜਿਨ੍ਹਾਂ ਨੇ ਨੇਚਾ ਦੇ ਨਾਲ ਲਿਖਿਆ ਬਾਦਸ਼ਾਹੀਆਂ ਨੂੰ ਫਤਿਹ ਕਰ ਦਿੱਤਾ ਜਿਨ੍ਹਾਂ ਨੇ ਨੇਚਾ ਦੇ ਨਾਲ ਲਿਖਿਆ ਕਿ ਉਹ ਨੇਚਾ ਦੇ ਨਾਲ ਇੱਕ ਇਹ ਭਜਨ ਗਾ ਰਹੇ ਸੀ ਬੱਚੇ ਔਰ ਉਹ ਭਜਨ ਜਿਹੜਾ ਸੀ ਮੈਂ ਦੁਪਹਿਰ ਦੇ ਸਮੇਂ ਇਹਨਾਂ ਕੋਲੋਂ ਸੁਣਿਆ ਮੈਂ ਕਿਹਾ ਮੈਨੂੰ ਬੋਲ ਕੇ ਸੁਣਾਓ ਗਾ ਕੇ ਨਹੀਂ ਇਸ ਤਰ੍ਹਾਂ ਪੜ੍ਹ ਕੇ ਦੱਸੋ ਅਤੇ ਇਹ ਉਹ ਗਾ ਰਹੇ ਸੀ ਕਈ ਆਰਿਆਂ ਨਾਲ ਕਈ ਆਰਿਆਂ ਨਾਲ ਕਈ ਸਲੀਬ ਉੱਤੇ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਜਿਹੜੇ ਸ਼ਹੀਦ ਹੋ ਗਏ ਇਹ ਅੰਜੀਲ ਦੇ ਪ੍ਰਚਾਰ ਨੂੰ ਰੋਕਣ ਲਈ ਕਿਹੜਾ ਕਈ ਫਿਰਾਉਣ ਆਏ ਅਤੇ ਕਈ ਚਲੇ ਗਏ ਨਾ ਇਹ ਰੁਕਿਆ ਅਤੇ ਨਾ ਇਹ ਰੁਕ ਸਕੇਗਾ ਅਤੇ ਨਾ ਇਹਨੂੰ ਕੋਈ ਰੋਕੇਗਾ ਕਿੰਨੇ ਵੀ ਖੁਦਾ ਦੇ ਲੋਕ ਸ਼ਹੀਦ ਹੁੰਦੇ ਜਾਣ ਪਰ ਇਹ ਜੰਗ ਜਿਹੜੀ ਆ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਜਾਰੀ ਰਹੇਗੀ ਹਾਲੇਲੂਇਆ ਮੈਨੂੰ ਕਿਸੇ ਨੇ ਕਿਹਾ ਨਰੂਲੇ ਦੇ ਵੈਰੀ ਬੜੇ ਆ ਉਹ ਬਾਹਰ ਨਹੀਂ ਨਿਕਲਦਾ ਤਾਂ ਕਰਕੇ ਬਚਿਆ ਮੈਂ ਉਹਨੂੰ ਕਿਹਾ ਭਾਈ ਉਹ ਵੀ ਬਾਈਬਲ ਦਾ ਪ੍ਰਚਾਰ ਕਰਦਾ ਮੈਂ ਵੀ ਬਾਈਬਲ ਦਾ ਪ੍ਰਚਾਰ ਕਰਨਾ ਮੈਂ ਤਾਂ ਮੋਟਰਸਾਈਕਲ ਦੇ ਰਾਤ ਦੇ 12-12 ਵਜੇ ਤੱਕ ਫਿਰਦਾ ਰਹਿੰਦਾ ਅਤੇ ਜਿੱਥੇ ਮਰਜ਼ੀ ਤੁਸੀਂ ਫੜ ਲਓ ਹੁਣ ਵੀ ਮੈਂ ਬੰਦਗੀ ਕਰਕੇ ਵਾਪਸ ਮਜੀਠੇ ਜਾਣਾ ਰਾਹ ਸਾਰਾ ਵਿਹਲਾ ਹੀ ਆ ਆਪਾਂ ਦੇ ਹੱਥ ਵਿੱਚ ਕਿਹੜੀ ਕੋਈ ਤਲਵਾਰ ਹੈ ਜਾਂ ਕੋਈ ਪਿਸਟਲ ਫੜਿਆ ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਅਸੀਂ ਤਾਂ ਪ੍ਰਭੂ ਦੇ ਲੇਲੇ ਹਾਂ ਜਿੱਦਾਂ ਯਿਸੂ ਮਸੀਹ ਲੇਲਾ ਸੀ ਕੁਰਬਾਨ ਹੋਣ ਵਾਸਤੇ ਆਇਆ ਅਸੀਂ ਤਾਂ ਬਣੇ ਹੀ ਕੁਰਬਾਨ ਹੋਣ ਵਾਸਤੇ ਹਾਲੇਲੂਇਆ ਲੋਕਾਂ ਨੇ ਤਾਂ ਹੁਣ ਸਿਰ ਦਿੱਤੇ ਨੇ ਅਸੀਂ ਤਾਂ ਹਜ਼ਾਰਾਂ ਲੱਖਾਂ ਹੀ ਸਾਲ ਹੋ ਗਏ ਨੇ ਜਦੋਂ ਦੇ ਖੁਦਾ ਦੇ ਲੋਕਾਂ ਨੇ ਆਪਣੇ ਸਿਰ ਜਿਹੜੇ ਨੇ ਪਰਮੇਸ਼ੁਰ ਨੂੰ ਦੇ ਦਿੱਤੇ ਨੇ ਸੰਗਤ ਵਾਸਤੇ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਇਸ ਲਈ ਅਬਰਾਹਮ ਦੇ ਬਾਰੇ ਚੰਦ ਗੱਲਾਂ ਪਹਿਲੀ ਗੱਲ ਜਿਹੜੇ ਅਸੀਂ ਵਚਨ ਪੜ੍ਹੇ ਨੇ 8 ਤੋਂ ਲੈ ਕੇ 10 ਤੱਕ ਉਹਦੇ ਵਿੱਚ ਪਹਿਲੀ ਗੱਲ ਇੱਕ ਨਵੇਂ ਦੇਸ਼ ਅਤੇ ਨਵੇਂ ਜੀਵਨ ਵਾਸਤੇ ਅਬਰਾਹਮ ਬੁਲਾਇਆ ਗਿਆ ਕਾਹਦੇ ਵਾਸਤੇ ਬੁਲਾਇਆ ਗਿਆ ਹੈਲੋ ਅਬਰਾਹਮ ਕਾਹਦੇ ਲਈ ਬੁਲਾਇਆ ਗਿਆ ਬੇਟਾ ਕਿਹੜੀ ਗੱਲ ਦਾ ਨਹੀਂ ਪਤਾ ਲੱਗਾ ਪੁੱਛ ਨਹੀਂ ਕੋਈ ਗੱਲ ਕੋਈ ਵਚਨ ਲਿਖਦਾ ਵਾ ਉਹਨੂੰ ਨਹੀਂ ਪਤਾ ਲੱਗਦਾ ਦੁਬਾਰਾ ਪੁੱਛ ਸਕਦਾ ਪੁੱਛ ਨਹੀਂ ਗੱਲ ਕੋਈ ਮਤਲਬ ਵੀ ਪਤਾ ਨਹੀਂ ਲੱਗਾ ਲਿਖਣ ਵਾਸਤੇ ਉਹ ਪੁੱਛ ਰਹੇ ਕਿਉਂ ਕੀਤਾ ਕੀ ਹੈ ਚਲੋ ਠੀਕ ਹੈ ਪਹਿਲੀ ਗੱਲ ਜਿਹੜੀ ਅਸੀਂ ਵਚਨ ਪੜ੍ਹੇ ਨੇ ਕਿ ਅਬਰਾਹਮ ਇੱਕ ਨਵੇਂ ਦੇਸ਼ ਵਿੱਚ ਜਾਣ ਵਾਸਤੇ ਅਤੇ ਨਵੇਂ ਜੀਵਨ ਦੇ ਵਾਸਤੇ ਬੁਲਾਇਆ ਗਿਆ ਭਈ ਪ੍ਰਭੂ ਦੇ ਵਿੱਚ ਉਹਨੇ ਇੱਕ ਨਵਾਂ ਜੀਵਨ ਕੀ ਕਰਨਾ ਸ਼ੁਰੂ ਅੱਜ ਪਹਿਲੀ ਗੱਲ ਤੁਸੀਂ ਦੇਖਣੀ ਹੈ ਦੇਖੋ ਇਹ ਵਚਨ ਅਬਰਾਹਮ ਦੇ ਵਾਸਤੇ ਨਹੀਂ ਹੈ ਤੁਹਾਡੇ ਵਾਸਤੇ ਹੈ ਇਹ ਤੁਹਾਡੇ ਲਈ ਬਾਈਬਲ ਦੇ ਵਿੱਚ ਲਿਖਿਆ ਗਿਆ ਕਿ ਤੁਸੀਂ ਬਾਈਬਲ ਦੀਆਂ ਸਿੱਖਿਆ ਜਿਹੜੀਆਂ ਉਹਨਾਂ ਨੂੰ ਪੜ੍ਹੋ ਪ੍ਰਭੂ ਯਿਸੂ ਮਸੀਹ ਦੇ ਵਿੱਚ ਤੁਸੀਂ ਅੱਜ ਨਵਾਂ ਜੀਵਨ ਪ੍ਰਾਪਤ ਕਰਨਾ ਜਾਂ ਤੁਸੀਂ ਨਵਾਂ ਜੀਵਨ ਪਾਇਆ ਵਾ ਨਵਾਂ ਜੀਵਨ ਨਵਾਂ ਦੇਸ਼ ਨਵਾਂ ਜੀਵਨ ਹੈਲੋ ਨਵਾਂ ਜੀਵਨ ਨਵਾਂ ਦੇਸ਼ ਸਾਰੇ ਮੇਰੀ ਗੱਲ ਨੂੰ ਸਮਝ ਰਹੇ ਜਾਂ ਨਹੀਂ ਨਵਾਂ ਜੀਵਨ ਨਵਾਂ ਦੇਸ਼ ਪੁਰਾਣਾ ਜੀਵਨ ਪੁਰਾਣਾ ਦੇਸ਼ ਮੇਰੀ ਗੱਲ ਨੂੰ ਸਮਝ ਰਹੇ ਜਾਂ ਨਹੀਂ ਪਹਿਲੇ ਨਰਕ ਬਣਿਆ ਸਵਰਗ ਚਲੋ ਵੀ ਜੋ ਸਮਝ ਆਉਂਦਾ ਬੋਲੀ ਜਾਓ ਪਹਿਲੇ ਨਰਕ ਬਣਿਆ ਸਵਰਗ ਹੈ ਕੀ ਹੈ ਕੀ ਬਣਿਆ ਹੈ ਕੀ ਆਉਂਦੇ ਆ ਪੱਪੂ ਆਉਂਦਾ ਇਹ ਉੱਥੇ ਜਦੋਂ ਬਣਿਆ
چلو پہلے نرک بنے ہیں پہلے کی بنے ہیں نرک آدم آدم پہلے بنے ہیں کہ نرک پہلے بنے ہیں پہلے آدم بنے ہیں کہ نرک بنے ہیں تو چپ کر پرا آدم کے نرک ہاں پہلے کی بنے آدم بنے ہیں نرک بنے ہیں ہے آدم ہے کی آدم نے اتنے پاؤن لی پہلے آدم رب نے بنیا پھر نال ہی وہ نرک بنا دیتا دیکھو ایدہ دھیان رکھو پہلے نرک بنے ہیں پھر آدم بنے ہیں آدم لی خدا نے نرک نہیں بنایا نرک پہلے سی گل سمجھ گئے نرک پہلے تے سورگ دی تے گل ہی نہ کرو سورگ نام ہے گا پرمیشور دا پرمیشور ہی سورگ ہے جدو پربھو یشو مسیح اس دنیا چاہے تے پربھو یشو مسیح نے کہا بھی سورگ دا راج کی آیا نیڑے پربھو نیڑے آ گیا تے سمجھ لو سورگ سورگ ہی پربھو یشو مسیح ہے اور کوئی سورگ ہے ہی نہیں ہے سورگ کون ہے دیکھو ایک آدمی مینوں کہندا بھائی تسی اونوں خدا کیوں کہندے ہو تے خدا دا بیٹا کیوں کہندے میں کہ یہ گل تے یار پہلا بھی چلی جدو یشو مسیح نو سلیب دیتا جڑے اتنے دوش لائے ایک دوش یہ لایا بھی اپنے آپ نو پرمیشور کہندا تے پرمیشور دا بیٹا کہندا چار دن دے لاجر مریا چار دن دا کی مریا لاجر ہوں پربھو یشو مسیح نے کی اتنے ثابت کیتا بھی میں مردہ بھی جیندہ کر سکنا یہ ثابت کیتا ہے یہ تو پہلے ہی ثابت ہو گیا جدو جائرس دی بیٹی جندہ کیتی ہویا نہیں قیامت دے دین تے پربھو یشو مسیح نے کیا جیون تے قیامت میں وا ہالیلویا یہ میرے کولے پاور آ سورگ میرا وا میرے پرمیشور دا سورگ آ میں سورگ وچوں جدہ بھی دل کرے میں روح نو بلا سکنا چار دن دے مرے لاجر نو سورگ وچوں دی روح نو بلا کے تے قبر دے وچوں شریر دے وچ داخل کر دتا دسو پرمیشور نہیں آ تے کون سورگ دے وچوں بلا سکدا اے پرمیشور نے تے وی بلا کے دسن جے پرمیشور آ تے بلا کے دسن اے سپیکر دے راہی میری کوئی آواز سندا دھیان نال سنے جے پرمیشور کوئی ہور وی آ گا تے روح نو بلا کے دسو چار دن مرے ہو گئے لاجر نو مرے نو کہندے اوتھے بدبو آؤندی ہے جتھے پرمیشور ہوئے اوتھے بدبو والے وی شریر جڑے نے اٹھ کے قبر دے وچوں باہر آ جاندے نے ہالیلویا اج ایک گل یاد رکھو خدا تے اپنا وشواس رکھو خداوند تے اپنا بھروسہ رکھو نواں جیون نواں دیش پرانا جیون پرانی جگہ نواں جیون نواں دیش ابراہام نویں جیون واسطے نویں دیش واسطے بلایا گیا اج تسی بھی اپنا دھیان نویں دیش وال رکھو نویں دیش وال نرک دے بارے نہیں سورگ دے بارے پربھو یشو مسیح نے کہا میں جانا تہاڈے لئی جگہ تیار کرنا نرک واسطے نہیں کاہدے واسطے سورگ واسطے نرک واسطے نہیں سورگ واسطے جانا تہاڈے لئی جگہ تیار کرنا اج ویکھو اے نرک کنہاں لئی بنیا تسی آدم جدو بنیا آد وچ پرمیشور نے آکاش تے دھرتی بنایا بائبل دی پہلی آئے دھرتی بڈول تے ویران سی دھرتی خدا نے بڈول نہیں بنائی بڈول کدہ ہوئی پوتر بائبل دسدی ہے جڑا تسی جہان وچ رہ رہے ہو آدم دے بن تو پہلا بھی ایک جہان سی فرشتیاں دا یگ سی فرشتیاں دا جہان فرشتے نے گناہ کیتا گناہ دے کارن دھرتی پانی وچ ڈب کے ناش ہوئی نرک فرشتیاں دے واسطے بنیا انسان واسطے نہیں بنیا انسان دے واسطے خدا نے اپنا بیٹا پربھو یشو مسیح دے دیتا دیکھو خدا نے دنیا نال اتنا پیار کیتا انہیں اپنا اکلوتا بیٹا دے دیتا جو کوئی او دے اتے وشواس کرے ناش نہ ہوئے بلکہ سدا دا جیون پراپت کرے ہالیلویا اج دنیا ناش ہو رہی ہے اس واسطے دنیا سورگ تو دور ہے سورگ یشو مسیح ہے سورگ دے اندر پیار ہے ہن تسی دسو بھی مسیح دے منن والیاں دے وچ پیار ہے گا کہ نہیں ہے ہے گا جا نہیں کی ہے گا جا نہیں کدی انہاں دے ہتھ وچ لاٹھی ویکھی تلوار ویکھی
ਪਸਤੌਲ ਵੇਖਿਆ ਰਫਲ ਵੇਖੀ ਰਫਲ ਦੀ ਲੋੜ ਹੀ ਨਹੀਂ ਅਸੀਂ ਤੇ ਪਿਆਰ ਕਰਨੇ ਆ ਜਿਹੜਾ ਕੋਈ ਆਵੇਗਾ ਬਾਹਰ ਨੂੰ ਉਹਨੂੰ ਵੀ ਪਹਿਲੇ ਇਹੀ ਕਹਿਣਾ ਵੀ ਭਰਾ ਜੈਮ ਸੀ ਦੇ ਹੱਥ ਤੇ ਬੁਲਾ ਇੱਕ ਵਾਰੀ ਯਾਰ ਮਰਨਾ ਤੇ ਆਈ ਆ ਖੁਸ਼ ਹੋ ਕੇ ਮਾਰ ਉਹ ਗੱਲ ਹੀ ਨਹੀਂ ਤੇਰਾ ਕਿਹੜਾ ਕਿਸੇ ਨੇ ਮੁਕਾਬਲਾ ਕਰਨਾ ਪਹਿਲੀ ਗੱਲ ਜਿਹੜਾ ਬੰਦਾ ਹੁੰਦਾ ਨਾ ਉਹ ਤੇ ਖਾਲੀ ਹੱਥ ਵਾਲੇ ਨੂੰ ਮਾਰਦਾ ਹੀ ਨਹੀਂ ਯਕੀਨ ਕਰਿਓ ਸ਼ਰਮ ਆਉਂਦੀ ਹੈ ਮਾਰਦਿਆਂ ਕੀ ਆਉਂਦੀ ਆ ਸਹੀ ਗੱਲ ਜੋ ਬਾਬਾ ਜੀ ਸ਼ਰਮ ਆਉਂਦੀ ਆ ਹੈ ਕਿਸੇ ਦੇ ਹੱਥ 'ਚ ਹੋਵੇ ਕੋਈ ਮੁਕਾਬਲਾ ਕਰਕੇ ਮਾਰੇ ਕਹਿੰਦੇ ਕੁਰਬਾਨੀਆਂ ਮੈਂ ਕਹਿੰਦਾ ਕੁਰਬਾਨੀ ਯਿਸੂ ਮਸੀਹ ਦੀ ਹੋਈ ਆ ਕੁਰਬਾਨ ਤੇ ਲੇਲਾ ਹੁੰਦਾ ਕਦੀ ਜਦੋਂ ਜਾਨਵਰ ਕੋਈ ਕੁਰਬਾਨ ਕਰੇ ਉਹ ਅੱਗੋਂ ਲੜਦਾ ਜਿਹੜਾ ਲੜਾਈ 'ਚ ਮਰਿਆ ਉਹਨੂੰ ਵੀ ਕਹਿੰਦੇ ਆ ਜੀ ਇਹ ਕੁਰਬਾਨ ਹੋਇਆ ਦੇਖੋ ਸਾਡੇ ਕੋਲ ਤਾਂ ਪਿਆਰ ਹੈ ਸਾਡੇ ਕੋਲ ਸਵਰਗ ਦੀਆਂ ਗੱਲਾਂ ਨਰਕ ਦੀ ਕੋਈ ਗੱਲ ਨਹੀਂ ਇੱਕ ਦੂਜੇ ਨਾਲ ਪਿਆਰ ਕਰੋ ਪਿਆਰ ਦੇ ਨਾਲ ਰਹੋ ਆਪਾਂ ਸਭਨਾਂ ਨਾਲ ਪਿਆਰ ਕਰਨੇ ਆ ਸਾਡਾ ਪ੍ਰਭੂ ਯਿਸੂ ਮਸੀਹ ਕਹਿੰਦਾ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰੋ ਦੁਸ਼ਮਣ ਨੂੰ ਮਾੜਾ ਨਹੀਂ ਕਹਿਣਾ ਮਾੜਾ ਨਹੀਂ ਕਹਿਣਾ ਪਹਿਲੀ ਚੀਜ਼ ਇਨਸਾਨ ਨੂੰ ਮਾਰਨ ਦੀ ਜ਼ਰੂਰਤ ਹੀ ਨਹੀਂ ਹੈ ਹਰ ਇੱਕ ਨੇ ਆਪੇ ਹੀ ਮਰ ਜਾਣਾ ਜਾਂ ਨਹੀਂ ਕਿਉਂ ਬਾਬਾ ਜੀ ਮਾਰਨ ਦੀ ਲੋੜ ਹੈਗੀ ਹੈ ਹੈ ਇਹ ਬੱਤੀ ਜਗਣ ਡਈ ਆ ਦਿਨ ਚੜ੍ਹ ਕੇ ਆਪੇ ਬੁੱਝ ਜਾਣੀ ਆ ਬੁਝਾਉਣ ਦੀ ਲੋੜ ਕੀ ਆ ਜੇ ਕੋਈ ਪਿੱਛੋਂ ਤਾਰ ਹਿਲਾ ਵੀ ਦਊ ਤਾਂ ਕੀ ਇਹਦੇ ਨਾਲ ਹਰ ਇਨਸਾਨ ਨੇ ਆਪੇ ਚਲੇ ਜਾਣਾ ਪਤਾ ਨਹੀਂ ਕਿੰਨੇ ਵਿਛੜ ਜਾਣਾ ਜੇ ਹੋ ਸਕੇ ਅਤੇ ਹਰ ਇੱਕ ਨਾਲ ਪਿਆਰ ਕਰੋ ਇਹ ਤਾਂ ਦੁਨੀਆ ਇੱਕ ਮੇਲਾ ਵਾ ਇਹ ਪਤਾ ਹੀ ਨਹੀਂ ਕਿੰਨੇ ਚਲੇ ਜਾਣਾ ਇੱਕ ਨਵਾਂ ਜੀਵਨ ਸ਼ੁਰੂ ਕਰੋ ਅਬਰਾਹਮ ਦੇ ਬਾਰੇ ਲਿਖਿਆ ਨਵੇਂ ਜੀਵਨ ਵਾਸਤੇ ਔਰ ਨਵੇਂ ਦੇਸ਼ ਦੇ ਵਾਸਤੇ ਬੁਲਾਇਆ ਗਿਆ ਦੂਸਰੀ ਗੱਲ ਨਵੇਂ ਦੇਸ਼ ਦੀ ਉਹਨੂੰ ਪ੍ਰਤਿਗਿਆ ਦਿੱਤੀ ਗਈ ਉਹਨੂੰ ਵਾਅਦਾ ਦਿੱਤਾ ਗਿਆ ਵਾਅਦਾ ਅੱਜ ਤੁਹਾਡੇ ਨਾਲ ਖੁਦਾ ਨੇ ਵਾਅਦਾ ਕੀਤਾ ਕੀ ਤੁਸੀਂ ਉਹਦੇ ਵਾਅਦੇ ਨੂੰ ਯਾਦ ਰੱਖਿਆ ਬਾਈਬਲ ਵਿੱਚ ਲਿਖਿਆ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਆ ਤੁਸੀਂ ਵੀ ਕੀ ਬਣੋ ਕੀ ਤੁਹਾਡਾ ਸੰਪੂਰਨ ਵਾਲੇ ਧਿਆਨ ਹੈਗਾ ਵੀ ਅਸੀਂ ਆਪਣੇ ਆਪ ਨੂੰ ਠੀਕ ਕਰੀਏ ਨਹੀਂ ਜੀ ਉਹ ਨਹੀਂ ਠੀਕ ਨਹੀਂ ਜੀ ਉਹ ਨਹੀਂ ਠੀਕ ਉਹ ਨਹੀਂ ਠੀਕ ਇਹਦਾ ਕੀ ਫਾਇਦਾ ਇਹਦਾ ਕੋਈ ਫਾਇਦਾ ਨਹੀਂ ਆਪਣੇ ਆਪ ਦੀ ਜਾਂਚ ਕਰੋ ਆਪਣੇ ਆਪ ਨੂੰ ਪਰਖੋ ਜੇ ਤੁਸੀਂ ਖੁਦ ਚਾਹੁੰਦੇ ਹੋ ਅਸੀਂ ਖੁਦਾ ਦੇ ਵਾਅਦਿਆਂ ਨੂੰ ਪ੍ਰਾਪਤ ਕਰੀਏ ਖੁਦਾ ਨੇ ਤੁਹਾਡੇ ਨਾਲ ਵਾਅਦਾ ਕੀਤਾ ਪਵਿੱਤਰ ਬਾਈਬਲ 'ਚ ਲਿਖਿਆ ਤੁਹਾਡਾ ਬੁਲਾਉਣ ਵਾਲਾ ਪਵਿੱਤਰ ਹੈ ਆਪਣੇ ਆਪ ਨੂੰ ਪਵਿੱਤਰ ਕਰੋ ਅੱਜ ਇਸ ਪਵਿੱਤਰਤਾਈ ਨੂੰ ਥੋੜ੍ਹਾ ਜਿਹਾ ਤੱਕੜੀ ਦੇ ਵਿੱਚ ਤੋਲ ਕੇ ਦੇਖੋ ਇੱਕ ਮਿੰਟ ਮੇਰਾ ਧਿਆਨ ਕਰੋ ਸਾਰੀਆਂ ਭੈਣਾਂ ਇੱਧਰ ਧਿਆਨ ਕਰੋ ਪ੍ਰਚਾਰ ਹੁੰਦਾ ਵਾਲ ਨਾ ਨੰਗੇ ਹੋਣ ਕੀ ਅਸੀਂ ਰੱਬ ਦੇ ਲੋਕ ਹਾਂ ਕੋਈ ਨੰਗੇ ਵਾਲ ਕਿਸੇ ਸਾਡੀ ਬੇਟੀ ਦੇ ਹੋਣ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਸੇ ਦਾ ਥੋੜ੍ਹਾ ਵੀ ਸਿਰ ਨਾ ਨੰਗਾ ਹੋਵੇ ਕੀ ਅਸੀਂ ਥੋੜ੍ਹਾ ਜਿਹਾ ਸਿਰ ਨੰਗਾ ਹੋਵੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਸੇ ਨੇ ਨਹੁੰ ਪਾਲਿਸ਼ ਨਾ ਲਾਈ ਹੋਵੇ ਕੀ ਗੱਲ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਸਾਡੇ ਅੰਦਰ ਇਹ ਸੰਜਮ ਹੈ ਨਹੀਂ ਪੂਰੀਆਂ ਬਾਹਾਂ ਦੇ ਕਮੀਜ਼ ਪਾਓ ਭਾਵਾਂ ਇੱਥੋਂ ਤੱਕ ਨਾ ਆਉਣਾ ਆਪਾਂ ਨੂੰ ਮਤਲਬ ਕੀ ਅਸੀਂ ਤਾਂ ਸੰਤ ਬੰਦੇ ਹਾਂ ਸਾਨੂੰ ਇਹਨਾਂ ਚੀਜ਼ਾਂ ਨਾਲ ਕੀ ਮਤਲਬ ਹੈ ਦੱਸੋ ਬਈ ਰੱਬ ਦਾ ਸੰਤ ਹੋਵੇ ਅਤੇ ਭਾਵੇਂ ਮੱਥਾ ਵੀ ਨੰਗਾ ਹੋਵੇ ਅਤੇ ਭਾਵੇਂ ਬਾਹਾਂ ਵੀ ਨੰਗੀਆਂ ਹੋਣ ਅਤੇ ਭਾਵੇਂ 12 ਸਾਲ ਜੰਗਲ 'ਚ ਕੱਟ ਕੇ ਆਇਆ ਹੋਵੇ ਉਹਨੂੰ ਇੱਦਾਂ ਹੀ ਲੱਗਦਾ ਜਿਵੇਂ ਮੇਰੀ ਬੇਟੀ ਆ ਬੇਟੀਆਂ ਨੂੰ ਤਾਂ ਲੋਕ ਨੰਗੀਆਂ ਨੂੰ ਵੀ ਕੱਪੜੇ ਨਵਾ ਕੇ ਪਾ ਦਿੰਦੇ ਨੇ ਅਤੇ ਕਿਉਂ ਮਨ 'ਚ ਬੁਰੇ ਵਿਚਾਰ ਆਉਂਦੇ ਨੇ ਕਿਉਂ ਇੱਦਾਂ ਦੀਆਂ ਗੱਲਾਂ ਕਰਨੇ ਇਹਦਾ ਕੀ ਕਾਰਨ ਹੈ ਇੱਕ ਗੱਲ ਯਾਦ ਰੱਖੋ ਰੱਬ ਕੋਲੋਂ ਸੰਜਮ ਮੰਗੋ ਸੰਜਮ ਤਾਕਤ ਮੰਗੋ ਪਵਿੱਤਰਤਾਈ ਵਿੱਚ ਰਹੋ ਕਿਉਂਕਿ ਸਾਡਾ ਖੁਦਾ ਕੀ ਆ ਪਵਿੱਤਰ ਆ ਇੱਕ ਗੱਲ ਮੈਨੂੰ ਦੱਸਣੀ ਜ਼ਰੂਰ ਬਾਣਾ ਜ਼ਰੂਰੀ ਆ ਕਿ ਬਾਣੀ ਬਾਣਾ ਜ਼ਰੂਰੀ ਕਿ ਬਾਣੀ ਮੈਂ ਕਹਿੰਦਾ ਦੋਨੇ ਜ਼ਰੂਰੀ ਨੇ ਜਿਸਮ ਨੂੰ ਢੱਕਣਾ ਵੀ ਜ਼ਰੂਰੀ ਆ ਅਤੇ ਬਾਣੀ ਵੀ ਪਰ ਇੱਕ ਗੱਲ ਮੈਨੂੰ ਅੱਜ ਜ਼ਰੂਰ ਦੱਸਿਓ ਅੱਜ ਤੱਕ ਜਿਹੜਾ ਵੀ ਕੋਈ ਸੰਤ ਦੁਨੀਆ 'ਚੋਂ ਗਿਆ ਕਿਸੇ ਦਾ ਬਾਣਾ ਨਾਲ ਗਿਆ ਕਿਸੇ ਦਾ ਗਿਆ ਹੋਵੇ ਅੱਜ ਇੱਕ ਗੱਲ ਯਾਦ ਰੱਖਿਓ ਬਾਣੇ ਪਾ ਪਾ ਕੇ ਦੁਨੀਆ ਨੂੰ ਧੋਖਾ ਦੇਣ ਵਾਲੇ ਆ ਲੋਕੋ ਜਿਸ ਦਿਨ ਸ਼ਮਸ਼ਾਨ ਘਾਟ ਵਿੱਚ ਜਾਣਾ ਜਿੱਥੇ ਤੂੰ ਸੜਨਾ ਤੇਰਾ ਬਾਣਾ ਸੜਨਾ ਜਿੱਥੇ ਤੇਰਾ ਦਫਨ ਹੋਣਾ ਤੇਰੇ ਬਾਣੇ ਦਾ ਹੋਣਾ ਬਾਣਾ ਜਿਹੜਾ ਵਾ ਇਹ ਤੇਰੇ ਵਾਸਤੇ ਆ ਲੋਕਾਂ ਵਾਸਤੇ ਨਹੀਂ ਇਹ ਬਾਣਾ ਕੀ ਦੱਸਦਾ ਇਹ ਦਾੜੀ ਕੀ ਦੱਸਦੀ ਹੈ ਮੂੰਹ ਦਾੜੀ ਆ ਗਈ ਆ ਇਹਨੂੰ ਵੇਖਿਆ ਕਰ ਬੁਰੇ ਕੰਮ ਨਾ ਕਰ ਕਦੇ ਕਦੇ
اپنے باڑے نو ویکھیا کر میرا باڑا کی ہے یہ تارا باڑا کی بولدا لڑائیاں بولدا نفرتاں بولدا کہ پیار بولدا کی بولدا تیرا باڑا کی بولدا ایک گل یاد رکھے خدا دے کلام نو سمجھیا کرو باڑا کسی دا نہیں بچے باڑے تے زیادہ وشواس نہ کرو بانی نو بھی اپنے اندر رکھو تے تھوڑا بانی تے بھی وشواس کرو رب دے کلام تے بھی وشواس کرو اے رب دی بانی نے تینوں بچاؤنا روح دے نال بانی جانی ہے دیکھو خدا نے انسان بنایا ہے تے تین چیزاں نے پر تسی دو نو سمجھو جان نو چھڑ دیو کیونکہ ساڈے کول سماں نہیں کہ ایک ایک گل نو اپاں کلیئر کر سکیے پر تسی ایک گل یاد رکھنی ہے ایک گل یاد رکھیو ایک گل یہ شریر لیا خدا نے مٹی چوں نے مٹی وچ جانا آتما پرمیشر کولو آیا انہیں پرمیشر کولو جانا شریر نو لوگ دیکھتے ہیں آتما نو کوئی دیکھتا نہیں آتما نو پرمیشر دیکھتا وہ شریر نو دیکھتا نہیں آتما دا پرمیشر نال ملا پیا تے شریر دا دنیا دے نال ملا پیا اے شریر نو دنیا دیکھتی ہے پرمیشور شریر نو نہیں پرمیشور انسان دے روح نو دیکھتا پرمیشور دی اکھ جدوں بھی انسان تے ڈگدی ہے تے او دے من تے جا کے ڈگدی ہے بھی انسان دے من وچ کی ہے من وچ پیار ہے جا نفرت ہے من وچ ہنکار ہے کہ جا من وچ نیواں پانے ہے ایک گل زندگی دے وچ یاد رکھیو نواں جیون ہی انسان او پا سکدا جڑا پرانا ایک واری مر جاوے ایک گل یاد رکھیو کنک دا دانا کدی اگ نہیں سکتا جنہ چر مرے نہ انسان بھی ایماندار نہیں کدی بن سکتا جنہ چر مرے نہ ایک بار مرنا پہنتا ایک بار اج اسی مرے نہیں ہاں ہنکار اسی طرح جیسے پہلے سی اچا پن اسی طرح جیسے پہلے سی انسان نیواں نہیں ہے ایک گل میں تمہیں دسنا ضرور تسی میری گل کا اتر دے کے جائے انسان قد کاٹ میں جدوں وقت کدوں ودتا جدو نیانا ہوندا ادو ودتا جا جدو سیانا ہوندا نیانا ودتا جا سیانا نیانا جنہ چر نیانے ہو انہ چر ود دے جاؤ گے جدو سیانے بن گئے تہاڈا ودن دا کام کی ہو گیا ختم او پھر تسی ود نہیں سکدے جے چاہندے ہو پربھو دے وچ ترقی کریے تے پھر نیانے بنو بائبل چ لکھا جی تھی بچیاں ورگے نہ بنے تو کدی سورگ چ داخل نہیں ہو سکتے بچیاں ورگے بن جاؤ بچیاں جیسے ایک بار اپنے آپ کو ختم کرو نواں جیون شروع کرو خدا نے جڑی تھوڑے نال پرتگیا کیتی ہے ایک دیش دی سورگ دی انہوں پراپت کرنے واسطے اپنے آپ کو سدھتا دے وچ لے کے آؤ پوترتائی دے وچ لے کے آؤ تیسری گل اس دیش نو نکل تریا جہد بارے وہ جانتا ہی نہیں میں کدھر جا رہی ہے کدھر جا رہی ہے ان اس بارے کوئی گیان نہیں کہ میں کدھر جا رہی ہوں کل میں کدھر جانا جی میرے کوئی گیان نہیں کل شکروار میں کدھر جانا پھر سمجھ لو مینوں پرمیشور چلا رہا کہ جی میرے کو گیان ہے میں کدھر جانا پھر مینوں پرمیشور نہیں چلا رہا پھر میرا من مینوں چلا رہا کیونکہ میں جاننا میں کدھر جانا خدا جانے تسی کدھر جانا بس اینا انسان خدا چ لین ہوئے جدھر بھی وہ خدا نو موڑے مڑ جے ایک آدمی لیگ دا فقیر ہوں ایک رب دا فقیر ہوں ایک لیگ نو دیکھ کے چلتا ایک رب نو دیکھ کے چلتا لیگ دا فقیر نہ ہوئے جے فقیر ہوئے تے بس رب واسطے ہوئے پرمیشور نو دیکھ کے چلنا پرمیشور دی یوجنا نو دیکھ کے چلنا خدا نے کہا سی جو دیش میں تینوں دکھاواں گا تو ادھر نو نکل چل تو نہیں جانتا وہ دیش کیڑا وہ دیش میں تینوں دساں گا لکھیا خدا تے بھروسہ رکھ کے تے ادھر نو نکل تریا اج میں نہیں تہانوں کہندا جیویں سیوک چلائے اداں چلو میں تے کہنا جداں پاک روح چلاوے تے خدا دا کلام سناوے اداں چلیا کرو جی میں خدا دا بچن سناوے
دنیا دے وچ دو طرح دے سنت نے، ایک رب دے حکم دندے نے، ایک اپنے حکم دندے نے، ایک دنیا نو چلاؤندے نے، ایک بائبل دے وچن دے کے بائبل دے انسار انسان نو چلاؤندے نے۔ ہن پہچان کرنی تہاڈا کرم ہے بھائی، تسی پہچان کرنی۔ پربھو یشو نے کہا میں جالی ہوں، پر انہیں یہ کیا بھی پتا میرے وچ رہندا تے میں پتا وچ رہنا، اصل تہاڈا جالی ہے۔ ہن کئی واری کئی لوگ سوچتے ہیں بھی سنتی جالی ہوں، دیکھو بھائی تسی بھجن نہیں گاندے، رب اجالی میرے کول میرے دل نو نہیں، ایک اجالی۔ دوسرا اجالی پربھو یشو مسیح نے کیا بھیڈاں دا چروایا میں، یوحنا دی انجیل دس باب چ کیا جا نہیں۔ تیسرا چرواہا انہیں کیا میں تہانوں پوتر آتما دے سپرد کرنا، یہ سیوک دے جا کے چوتھے نمبر تے ہوندا۔ اج ایک گل یاد رکھیو ایماندارو، کریو اپنی مرضی پر گل بالکل حقیقت ہے۔ اج دا یوگ سما کی ہے، بہت لوگ نے جڑے یشو مسیح تے وشواس کرتے ہیں بھی میں یشو دی ٹہنی ہے، اج ایماندار دا یہ حالات بن چکے نے۔ ایماندار کسی ایماندار نو دیکھ کے خوش نہیں، تے کوئی سیوک کسی سیوک نو دیکھ کے خوش نہیں، تے ایماندار آپس میں بولتے نہیں ہے وشواسی ہے، بولتے کیوں نہیں؟ ساڈی تعلیم چنگی ہے تے تہاڈی چنگی نہیں ہے، اسی چنگے ہیں تسی چنگے نہیں ہو، اسی چنگی جگہ جانے ہیں تسی ماڑی جگہ جانے ہو۔ اج ایک گل یاد رکھے ہو، سارے میری آواز نو سن رہے ہیں، ہاتھ کلا کرو تھلے کر لو۔ ایک سیوک ہندوستان نو چلا سکتا امریت سنگھ؟ ایک سیوک چلا لے گا؟ چلو ہی چھڑ دینے سیوا، اسی نہیں کرتے، سلوک ہو جائے پیار ہو جائے، اسی ساڈی دینے رب کو معافی مانگ لینا، اسی کہہ دینے ربا اسی دعا ہی کری جانے، پر ایک سیوک ہندوستان چلا لے گا؟ سارے دیشوں نو چلا لے گا؟ خدا کلا چلا سکیا؟ پربھو یشو مسیح کلا چلا سکیا؟ پاک روح کلا چلا رہا؟ دیکھو خدا بھی کلا وا تے وہ خدا نہیں، انسان بھی کلا وا تے انسان نہیں۔ انسان دے اندر چیزاں تین چیزاں نے، روح جسم جان تینوں مل کے ایک انسان ہے۔ خدا دے وچ باپ بیٹا تے پوتر آتما تینوں مل کے ایک خدا وا، جس طرح روح جسم جان دا رشتہ وا اسی طرح ہی باپ بیٹے تے پوتر آتما دا بھی رشتہ وا۔ تے کی خدا کلا چلا سکیا؟ پربھو یشو مسیح نے پہلے بارہ چیلے چنے، اج کہندے گیارہ نرک نو کھڑدے نے، ایک سورگ نو کھڑدا، وہ جڑا ایک سورگ نو کھڑدا کون ہے؟ ساڈا پاسٹر۔ دوجے چلے چل گئے، یہ گیارہ نرک نو کھڑدے ہیں، ایک سورگ نو کھڑدا وہ کہڑا وا؟ وہ ساڈا پاسٹر۔ تیجے کو چل گئے، یارہ نرک نو کھڑدے، ایک سورگ نو کھڑدا، جڑا سورگ نو کھڑدا وہ کون ہے؟ وہ ساڈا پاسٹر۔ یہ کتنے چلی گئی تعلیم؟ کتنے چلا گیا تہاڈا وشواس؟ میں ایک ضرور تہانوں بےنتی کراں گا، دو تین باب ضرور بائبل دے روز پڑھیا کرو، جے تسی نرک تو بچنا ایک دو تین باب ضرور پڑھیا کرو، ضرور آپ بائبل پڑھو۔ یہ بائبل چ سچ لکھا، کیونکہ بائبل نوں کوئی تہاڈا لالچ نہیں، نہ انہیں چندا لینا، نہ کسی دی روٹی کھانی، نہ کسی دا پانی پینا، انہوں کو لالچ نہیں ہے۔ اس واسطے جو بھی بولے گی کی بولے گی؟ سچ بولے گی۔ کوئی ایماندار غصے ہو جائے یہ کوئی خطرہ نہیں، یہ کوئی خطرہ ہے جہاں مرضی روس پہ، خطرہ سانو وا۔ اس لیے سارے ہل گھٹ دھیان کرو، یہ زیادہ دیو۔ یہ لکھا دشمنوں پیار کرو، دسو دشمنوں پیار کرتے ہو؟ کوئی تھوڑے گھر پاسٹر آ جائے پانی نہیں پوچھنا، دسو بھائی جنہوں تو ہی پانی نہیں پیال دیو پانی نہیں پیندے؟ ہے کسی نے جائے مسیحی نہیں کہنا۔ دیکھو تھوڑے گھر کوئی آدمی آوے سکھ آوے سکھ پائی، تھوڑی بہو بیٹی انہوں کہے سردار جی پانی پیو بیٹھو، وہ خوش ہوئے گا، کہے گا بیٹا بہت چنگی ہے۔ کوئی ہندو بھائی گھر آ جائے انہوں کہن گے نمستے بھا جی آؤ ساڈے گھر چاہ پیو روٹی کھاؤ، وہ کہے گا بہت چنگے نے۔ تو جی تسی کواؤ گے نہیں کی وہ تھانوں چنگے کہن گے؟ ہے تو اگوں کی سیاح بندہ لنگ جی تھی بولتے ہی نہیں، ساڈا پاسٹر کہیں کسی نے بولو ہی نہ، یہ پتا تو کر لا تیرا پاسٹر تینوں کدھر نو لئی جا رہا، نرکا نو لئی جا رہا سورگ نو؟ ہے گل میری سمجھ آ رہی جا نہیں آ رہی؟ تیسری گل
ਉਹ ਕਿੱਧਰ ਨੂੰ ਜਾ ਰਿਹਾ ਨਹੀਂ ਜਾਣਦਾ ਚੌਥੀ ਗੱਲ ਲਿਖੀ ਆ ਇਸਾਕ ਅਤੇ ਯਾਕੂਬ ਦੇ ਨਾਲ ਵਾਅਦਾ ਕੀਤੇ ਹੋਏ ਦੇਸ਼ ਵਿੱਚ ਵਾਸ ਕੀਤਾ ਉਹਦੇ ਵਿੱਚ ਵਾਸ ਕੀਤਾ ਔਰ ਜਦੋਂ ਅਬਰਾਹਮ ਦੀ ਮੌਤ ਹੋਈ ਲਿਖਿਆ ਯਾਕੂਬ ਜਿਹੜਾ ਸੀ 15 ਸਾਲ ਦਾ ਸੀ ਉਹਦਾ ਪੋਤਰਾ ਕਿੰਨੇ ਸਾਲ ਦਾ 15 ਸਾਲ ਦਾ ਕਦੀ ਵੀ ਤੁਸੀਂ ਬਾਈਬਲ 'ਚ ਪੜ੍ਹਦੇ ਹੋ ਇੱਕ ਦੀ ਮੌਤ ਤੋਂ ਅੱਗੇ ਤੁਸੀਂ ਉਹਦੀ ਜਿਹੜੀ ਗਿਣਤੀ ਉਹਨੂੰ ਲਾ ਕੇ ਜੇ ਤੁਸੀਂ ਇਹਦਾ ਤਰੀਕਾ ਲੱਭਣਾ ਹੋਵੇ ਤੁਸੀਂ ਕਿਸੇ ਦਿਨ ਮੇਰੇ ਕੋਲ ਆ ਕੇ ਇਹਨੂੰ ਸਿੱਖ ਸਕਦੇ ਹੋ ਵੀ ਅਸੀਂ ਕਿਵੇਂ ਇਹਦੀ ਇਹਨੂੰ ਸਿੱਖ ਸਕਦੇ ਇਹਦੇ ਵਿੱਚ ਲਿਖਿਆ ਕਿ ਉਸ ਵਕਤ ਤੋਂ 15 ਸਾਲ ਉਹਦੀ ਉਹਦੇ ਪੋਤਰੇ ਦੀ ਉਮਰ ਸੀ ਯਾਕੂਬ ਦੀ ਜਿਸ ਵਕਤ ਅਬਰਾਹਮ ਦੀ ਮੌਤ ਹੋਈ ਔਰ ਫਿਰ ਲਿਖਿਆ ਪੰਜਵੀਂ ਗੱਲ ਕਿ ਉਹਨੇ ਆਪਣੇ ਬੇਟੇ ਅਤੇ ਪਰਿਵਾਰ ਨਾਲ ਤੰਬੂਆਂ ਦੇ ਵਿੱਚ ਵਾਸ ਕੀਤਾ ਫਿਰ ਦੁਬਾਰਾ ਹੈ ਤੂੰ ਉੱਚੀ ਨਾਲ ਪੜ੍ਹਨਾ ਦੱਸ ਹੈ ਉੱਚੀ ਦੇ ਨਾਲ ਇਹਨੂੰ ਪੜ੍ਹਨਾ ਅਤੇ ਬੜੇ ਧਿਆਨ ਦੇ ਨਾਲ ਇਹਨੂੰ ਸੁਣਨਾ ਦੱਸ ਹੈ ਉਹ ਜਿਹੜੀ ਪੜ੍ਹੀ ਕਿਉਂ ਜੋ ਉਸਨੇ ਉਸ ਨਗਰ ਦੀ ਨੋ ਹੈ ਨੇਚਾ ਨਾਲ ਉਹ ਵਾਅਦੇ ਵਾਲੀ ਧਰਤੀ ਵਿੱਚ ਜਾ ਵਸਿਆ ਜਿੱਥੇ ਪਰਾਈ ਧਰਤੀ ਵਿੱਚ ਉਸਨੇ ਇਸਾਕ ਅਤੇ ਯਾਕੂਬ ਦੇ ਨਾਲ ਤੰਬੂਆਂ ਦੇ ਨਾਲ ਵਿੱਚ ਵਾਸ ਕੀਤਾ ਜਿਹੜੇ ਉਸ ਵਾਅਦੇ ਦੇ ਅਧਿਕਾਰੀ ਸਨ ਹਾਲੇ ਲੋਈ ਆ ਹਾਲੇ ਲੋਈ ਆ ਹਾਲੇ ਲੋਈ ਆ ਅਬਰਾਹਮ ਇਸਾਕ ਅਤੇ ਯਾਕੂਬ ਨੇ ਲਿਖਿਆ ਕਿ ਤੰਬੂਆਂ ਦੇ ਵਿੱਚ ਵਾਸ ਕੀਤਾ ਕਿਉਂਕਿ ਉਸ ਦੇਸ਼ ਨੂੰ ਲੋਚਦੇ ਸੀ ਜਿਹਦੀਆਂ ਨੀਹਾਂ ਹੈਗੀਆਂ ਨੇ ਪਰ ਉਹਦੇ ਬਣਾਉਣ ਵਾਲਾ ਖੁਦਾ ਵਾ ਹਾਲੇ ਲੋਈ ਆ ਸਾਰੀ ਜ਼ਿੰਦਗੀ ਤੰਬੂਆਂ ਦੇ ਵਿੱਚ ਵਾਸ ਕੀਤਾ ਅੱਜ ਤੁਸੀਂ ਕੀ ਬੋਲਦੇ ਹੋ ਦੁਨੀਆ ਦੇ ਉੱਤੇ ਆਪਣੀਆਂ ਪ੍ਰਾਪਰਟੀਆਂ ਨਹੀਂ ਬਣਾਈਆਂ ਇਹਨਾਂ ਚੀਜ਼ਾਂ ਵੱਲ ਮਨ ਨਹੀਂ ਲਾਇਆ ਮੈਂ ਸਮਝਦਾ ਤੁਹਾਨੂੰ ਰਹਿਣ ਦੇ ਵਾਸਤੇ ਘਰ ਦੀ ਜ਼ਰੂਰਤ ਆ ਪਰ ਆਪਣੇ ਘਰ ਨਾਲ ਮਨ ਨਾ ਲਾਓ ਮਨ ਪਰਮੇਸ਼ੁਰ ਨਾਲ ਲਾ ਕੇ ਰੱਖੋ ਸਾਰੀ ਜ਼ਿੰਦਗੀ ਤੰਬੂਆਂ ਦੇ ਵਿੱਚ ਗੁਜ਼ਾਰ ਦਿੱਤੀ ਤੰਬੂਆਂ ਦੇ ਵਿੱਚ ਅੱਜ ਇੱਕ ਗੱਲ ਯਾਦ ਰੱਖਿਓ ਮੈਂ ਤੁਹਾਡੇ ਅੱਗੇ ਦੋ ਇਨਸਾਨ ਰੱਖਾਂਗਾ ਇੱਕ ਪੁਰਾਣੇ ਨੇਮ ਦਾ ਲਾਜ਼ਰ ਇੱਕ ਨਵੇਂ ਨੇਮ ਦਾ ਲਾਜ਼ਰ ਕਿੰਨੇ ਲਾਜ਼ਰ ਨੇ ਇੱਕ ਨਵੇਂ ਨੇਮ ਦਾ ਲਾਜ਼ਰ ਜਿਹੜਾ ਸੀ ਉਹ ਲਿਖਿਆ ਸਵਰਗ ਵਿੱਚ ਗਿਆ ਅਮੀਰ ਆਦਮੀ ਦੀ ਡਿਉੜੀ ਦੇ ਅੱਗੇ ਪਰਾ ਰਿਹਾ ਪੁਰਾਣੇ ਨੇਮ ਦਾ ਜਿਹੜਾ ਲਾਜ਼ਰ ਹੈ ਮੈਂ ਪਹਿਲੇ ਵੀ ਦੋ ਵਾਰੀ ਬੋਲਿਆ ਕਿਸੇ ਨੂੰ ਯਾਦ ਆ ਤਾਂ ਦੱਸ ਸਕਦਾ ਪੁਰਾਣੇ ਨੇਮ ਦਾ ਲਾਜ਼ਰ ਕੌਣ ਹੈ ਪੁਰਾਣੇ ਨੇਮ ਦਾ ਲਾਜ਼ਰ ਕੌਣ ਹੈ ਮੈਂ ਕਈ ਵਾਰੀ ਇਹਦਾ ਪ੍ਰਚਾਰ ਕੀਤਾ ਹੈ ਪੁਰਾਣੇ ਨੇਮ ਦਾ ਲਾਜ਼ਰ ਕੌਣ ਹੈ ਪੁਰਾਣੇ ਨੇਮ ਦਾ ਲਾਜ਼ਰ ਆ ਅਜੂਬ ਬਿਲਕੁਲ ਕੰਗਾਲ ਹੋ ਗਿਆ ਇੱਕ ਕੌਡੀ ਵੀ ਪੱਲੇ ਨਹੀਂ ਰਹੀ ਸਭ ਤੋਂ ਅਮੀਰ ਸੀ ਅਤੇ ਕੰਗਾਲ ਹੋ ਗਿਆ ਅਤੇ ਜਦੋਂ ਉਹ ਕੰਗਾਲ ਹੋਇਆ ਉਹਦੇ ਮਨ ਨੂੰ ਕੋਈ ਰੱਤੀ ਵੀ ਦੁੱਖ ਲੱਗਾ ਰੱਤੀ ਕਿ ਦੁੱਖ ਹੈ ਕੀ ਮੈਨੂੰ ਕਈ ਪੁੱਛਦੇ ਤੁਹਾਡਾ ਪੱਕਾ ਡੇਰਾ ਕਿਹੜਾ ਮੈਂ ਆਖਿਆ ਪੱਕਾ ਡੇਰਾ ਮੇਰਾ ਬਣਿਆ ਵਾ ਪਰ ਮੈਂ ਜੇ ਵੇਖਿਆ ਨਹੀਂ ਹੁਣ ਜਦੋਂ ਜਾਵਾਂਗਾ ਤਾਂ ਵੇਖਾਂਗਾ ਹਾਲੇ ਲੋਈ ਆ ਅੱਜ ਤੁਹਾਨੂੰ ਮੈਂ ਦੱਸਾਂ ਗੱਲ ਇੱਕ ਦੁਨੀਆ 'ਤੇ ਇੱਕ ਬੰਦਾ ਵਾ ਜਿਹਦਾ ਤੁਹਾਨੂੰ ਪੱਕਾ ਡੇਰਾ ਨਹੀਂ ਲੱਭ ਸਕਦਾ ਉਹ ਤੁਹਾਡੇ ਸਾਹਮਣੇ ਆ ਅਤੇ 96 ਦੇ ਵਿੱਚ ਮੈਂ ਅਮਰੀਕ ਦੀ ਸੇਵਾ 'ਚ ਆਇਆ ਰੱਬ ਦੀ 'ਚ ਅਤੇ ਮੈਂ ਸੱਚ ਬੋਲ ਰਿਹਾ 96 ਤੋਂ ਲੈ ਕੇ ਅੱਜ ਤੱਕ ਬਿਸਤਰ ਨਹੀਂ ਬਣਾਇਆ ਮੈਂ ਨਹੀਂ ਜਾਣਦਾ ਮੈਂ ਇੱਕ ਘੰਟਾ ਰਾਤ ਸੌਂਦਾ ਕਿ ਦੋ ਘੰਟੇ ਸੌਂਦਾ ਅਤੇ ਇੱਦਾਂ ਹੀ ਸਾਰੀ ਜ਼ਿੰਦਗੀ ਗੁਜ਼ਰ ਗਈ ਰੱਬ ਦੇ ਨਾਲ ਹੀ ਅਸੀਂ ਆਪਣੇ ਸੱਜਣ ਨਾਲ ਹੁੰਦੇ ਹਾਂ ਲੋਕ ਆਪਣੇ ਸੱਜਣਾਂ ਨਾਲ ਹੁੰਦੇ ਨੇ ਅਸੀਂ ਆਪਣੇ ਸੱਜਣ ਨਾਲ ਰਾਤ ਗੁਜ਼ਾਰਨੇ ਹਾਂ ਲੋਕ ਆਪਣੇ ਸੱਜਣਾਂ ਨਾਲ ਰਾਤ ਗੁਜ਼ਾਰਦੇ ਨੇ ਇੱਦਾਂ ਹੀ ਰੱਬ ਨਾਲ ਰਾਤ ਗੁਜ਼ਰ ਗਈ ਅਤੇ ਡੇਰਾ ਅਜੇ ਤੱਕ ਵੇਖਿਆ ਨਹੀਂ ਅਤੇ ਜ਼ਰੂਰ ਉਸ ਡੇਰੇ ਵਿੱਚ ਜਾਵਾਂਗੇ ਜਿਹੜਾ ਰੱਬ ਨੇ ਸਾਡੇ ਲਈ ਬਣਾਇਆ ਹਾਲੇ ਲੋਈ ਆ ਇਹਨਾਂ ਚੀਜ਼ਾਂ 'ਤੇ ਹੰਕਾਰ ਨਾ ਕਰੋ ਇਹਨਾਂ ਚੀਜ਼ਾਂ 'ਤੇ ਹੰਕਾਰ ਨਹੀਂ ਕਰਨਾ ਅਮੀਰ ਆਦਮੀ ਕਈ ਵਾਰੀ ਰੱਬ ਨੂੰ ਕਹਿੰਦਾ ਲਾਜ਼ਰ ਨੂੰ ਕਹਿੰਦਾ ਹੋਣਾ ਕਈ ਵਾਰੀ ਵੇਖ ਮੈਂ ਰੱਬ ਕੋਲੋਂ ਇੰਨਾ ਕੁਝ ਪਾਇਆ ਤੂੰ ਰੱਬ ਕੋਲੋਂ ਕੀ ਪਾਇਆ ਕਹਿੰਦਾ ਹੋਏਗਾ ਜਾਂ ਨਹੀਂ ਕਹਿੰਦਾ ਹੋਏਗਾ ਜਾਂ ਨਹੀਂ ਸਾਡੇ ਡਾਕਟਰ ਸਾਹਿਬ ਵੀ ਕੋਠੀ ਬਣਾ ਰਹੇ ਨੇ ਮਿਹਨਤ ਕਰਕੇ ਬਣਾ ਰਹੇ ਨੇ
ਅਸੀਂ ਲੋਕ ਕੀ ਕਰਨੇ ਆ ਮੈਂ ਲੋਕ ਮੈਂ ਆਪਣੀ ਗੱਲ ਕਰਨਾ ਲੋਕਾਂ ਕੋਲੋਂ ਚੰਦਾ ਲੈਣੇ ਚੰਦਾ ਲੈ ਕੇ ਜਦੋਂ ਕਾਰ ਲੈਣੇ ਜਿਨ੍ਹਾਂ ਦੇ ਪੈਸੇ ਦੀ ਕਾਰ ਉਹਨਾਂ ਲੱਗ ਜਾਏ ਟੀ 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 ਉਹ ਇੱਧਰ ਆ ਓਏ ਵੇਖ ਮੈਨੂੰ ਰੱਬ ਨੇ ਕਾਰ ਦਿੱਤੀ ਰੱਬ ਨੇ ਤੈਨੂੰ ਕੀ ਦਿੱਤਾ ਕਰਦੇ ਗੁਰਮਾਨਦਾਰ ਹੀ ਸਾਡਾ ਪਾਸਟਰ ਆ ਫਿਰ ਕੀ ਆ ਸਾਡਾ ਪਾਸਟਰ ਆ ਨਾ ਦਿਓ ਚੰਦਾ ਜਿਹੜਾ ਤੁਹਾਡੇ ਪੈਸੇ ਦੀ ਕਾਰ ਲੈ ਕੇ ਤੇ ਤੁਹਾਡੇ ਲਾ ਕੇ ਟੀ ਟੀ ਕਰਦਾ ਨਾ ਦਿਓ ਇੱਧਰ ਆ ਬਈ ਇਮਾਨਦਾਰ ਮੈਂ ਰੱਬ ਜਾ ਕੇ ਕਰੋੜ ਦੀ ਕੋਠੀ ਬਣਾ ਲਈ ਤੂੰ ਕੀ ਬਣਾਇਆ ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖ ਆਪਣੀ ਕੋਠੀ ਬਾਅਦ 'ਚ ਵੇਖੀ ਪਹਿਲਾਂ ਅਮੀਰ ਆਦਮੀ ਨੂੰ ਵੇਖ ਵੀ ਕੋਠੀ ਵਾਲਾ ਹੈ ਕਿੱਥੇ ਆ ਅੱਜ ਇੱਕ ਪਾਣੀ ਦੀ ਬੂੰਦ ਨੂੰ ਤਰਸ ਰਿਹਾ ਕਿੰਨੀਆਂ ਨੂੰ ਹੰਕਾਰ ਨਾ ਕਰ ਰੱਬ ਤੋਂ ਡਰ ਥੋੜ੍ਹਾ ਜਿਹਾ ਮਨ ਨੀਵਾਂ ਕਰਕੇ ਚੱਲ ਇੱਥੇ ਦੁਨੀਆਂ ਦੇ ਉੱਤੇ ਬੜੇ ਬੜੇ ਲੋਕ ਆਏ ਜਿਹੜੇ ਲੱਭੇ ਹੀ ਨਹੀਂ ਲੱਭੇ ਹੀ ਨਹੀਂ ਹਜ਼ਾਰਾਂ ਸਾਲ ਮੇਘਨਾਥ ਨੇ ਓਮ ਦੀ ਭਗਤੀ ਕੀਤੀ ਓਮ ਕੋਲੋਂ ਵਰਦਾਨ ਮੰਗਿਆ ਕਹਿਣ ਲੱਗਾ ਦੱਸ ਮੈਂ ਕੀ ਦੇਵਾਂ ਕਹਿੰਦਾ ਬਸ ਮੈਨੂੰ ਮੌਤ ਨਾ ਆਵੇ ਓਮ ਨੇ ਵੀ ਕਹਿਤਾ ਮੌਤ ਤਾਂ ਹਰ ਇਨਸਾਨ 'ਤੇ ਆਉਣੀ ਹੈ ਕਹਿਣ ਲੱਗਾ ਫਿਰ ਹੋਰ ਕੋਈ ਸ਼ਰਤ ਦੱਸ ਕਹਿੰਦਾ ਮੈਨੂੰ ਉਹ ਮਾਰੇ ਜਿਹਨੇ 12 ਸਾਲ ਦਾ ਨੀਂਦਰਾ ਕੱਟਿਆ ਹੋਵੇ ਅਤੇ 12 ਸਾਲ ਦਾ ਜਤੀ ਸਤੀ ਹੋਵੇ ਉਹਦੇ ਲਈ ਵੀ ਪਰਮਾਤਮਾ ਨੇ ਲਕਸ਼ਮਣ ਨੂੰ ਤਿਆਰ ਕਰਤਾ ਨਹੀਂ ਕਰਤਾ ਮੌਤ ਆਈ ਕਿ ਨਹੀਂ ਰਾਵਣਿਆਂ ਦੇ ਬੱਦੀਆਂ ਉੱਤੇ ਆਈ ਜਾਂ ਨਹੀਂ ਆਈ ਇਹ ਤਾਂ ਸੱਜਣਾ ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖ ਬਚਪਨ ਆਇਆ ਅਤੇ ਬੜਾ ਖੁਸ਼ ਜਵਾਨੀ ਆਈ ਜਵਾਨੀ ਆਈ ਅਤੇ ਬੜਾ ਖੁਸ਼ ਮੇਰੇ ਵਰਗਾ ਕੋਈ ਵੀ ਨਹੀਂ ਇਹ ਕੀ ਹੋਇਆ ਥੋੜ੍ਹੇ ਥੋੜ੍ਹੇ ਚਿੱਟੇ ਹੋਣੇ ਸ਼ੁਰੂ ਹੋ ਗਏ ਨਹੀਂ ਨਹੀਂ ਤਾਕਤ ਓਨੀ ਆ ਮੈਂ ਵੀ ਇੱਕ ਦਿਨ ਕਿਹਾ ਤਾਕਤ ਓਨੀ ਆ ਮੇਰੇ ਗੋਡੇ ਇੱਕ 'ਚ ਪੀੜ ਹੋਣ ਡੱਬ ਪਈ ਮੈਂ ਕਿਹਾ ਰੱਬਾ ਠੀਕ ਕਰ ਦੇ ਮੁੜ ਨਹੀਂ ਕਹਿੰਦਾ ਸਾਲ ਕੁ ਬਾਅਦ ਮਿਲਿਆ ਭਾਅ ਜੀ ਕੀ ਹਾਲ ਆ ਸੱਜੇ ਗੋਡੇ 'ਚ ਪੀੜ ਹੁੰਦੀ ਹੈ ਫਿਰ ਸਾਲ ਕੁ ਬਾਅਦ ਮਿਲਿਆ ਹੁਣ ਦੋਵਾਂ 'ਚ ਹੀ ਹੁੰਦੀ ਹੈ ਇੱਕ ਗੱਲ ਯਾਦ ਰੱਖ ਬਚਪਨ ਆਇਆ ਅਤੇ ਜਵਾਨੀ ਆਈ ਜਵਾਨੀ ਆਈ ਅਤੇ ਬੁਢਾਪਾ ਆਇਆ ਅਤੇ ਫਿਰ ਕੀ ਆਇਆ ਚੌਥੀ ਚੀਜ਼ ਕਿਹੜੀ ਹੈ ਬਚਪਨ ਆਇਆ ਅਤੇ ਜਵਾਨੀ ਆਈ ਅਤੇ ਜਵਾਨੀ ਆਈ ਅਤੇ ਫਿਰ ਕੀ ਆਇਆ ਹੈ ਬੁਢਾਪਾ ਇੱਕ ਗੱਲ ਯਾਦ ਰੱਖਿਓ ਪਾਸਟਰੋ ਮੇਰੀ ਜਿੰਨੇ ਕੁ ਮੇਰੀ ਆਵਾਜ਼ ਨੂੰ ਸੁਣਦੇ ਨੇ ਕੋਈ ਪਾਸਟਰ ਕਿਸੇ ਮਿਸ਼ਨ ਦਾ ਆਵੇ ਇੱਕ ਗੱਲ ਯਾਦ ਰੱਖਿਓ ਜਿੱਦਣ ਤੁਸੀਂ ਫਸਲਾਂ ਚੰਦੇ 'ਚ ਫਸਲਾਂ ਰੱਬ ਨੇ ਪੁੱਛਣਾ ਕਿੰਨਾ ਲਿਆ ਅਤੇ ਕਿੱਥੇ ਕਿੱਥੇ ਖਰਚਿਆ ਅਤੇ ਤੁਹਾਡੇ ਕੋਲੋਂ ਲੇਖਾ ਦੇਣਾ ਮੁਸ਼ਕਲ ਹੋ ਜਾਣਾ ਯਕੀਨ ਕਰਿਓ ਮੈਂ ਤਾਂ ਨਾ ਸੱਚੀ ਗੱਲ ਜੋ ਇਹ ਥੋੜ੍ਹੇ ਬਹੁਤੇ ਮੈਂ ਆਪਣੇ ਬੱਚਿਆਂ ਨੂੰ ਦਿੰਦਾ ਮੈਂ ਤਾਂ ਬਾਕੀ ਲਾਈ ਜਾਂਦਾ ਜੋ ਕਨਵੈਨਸ਼ਨਾਂ ਦੇ ਅਤੇ ਚਰਚਾਂ ਦੇ ਅਤੇ ਲੋਕਡਾਊਨ 'ਚ ਇੱਥੇ ਕਨਵੈਨਸ਼ਨ ਆਪਾਂ ਕਰਨੀ ਸੌਦਾ ਜਿਹੜਾ ਵਧਿਆ ਜਿੱਥੇ ਜਿੱਥੇ ਮੇਰਾ ਦਿਲ ਕੀਤਾ ਮੈਂ ਵੰਡ ਵੁੰਡ ਦਿੱਤਾ ਜੀ ਅਤੇ ਲੇਖਾ ਸਾਫ ਅਤੇ ਮੈਂ ਤਾਂ ਰੱਬ ਕੋਲ ਮਾਫ਼ੀ ਮੰਗ ਲਾਂਗਾ ਇੰਨੀ ਕੁ ਵੀ ਬੱਚਿਆਂ ਨੂੰ ਰਾਸ਼ਨ ਪਾਣੀ ਦਿੱਤਾ ਜੀ ਜੇ ਮੈਂ ਗਲਤ ਕੀਤਾ ਤਾਂ ਮੈਨੂੰ ਮਾਫ਼ ਕਰ ਚਲੋ ਪਰ ਇੱਕ ਗੱਲ ਯਾਦ ਕਰਿਓ ਮੈਂ ਕਹਿੰਦਾ ਇਮਾਨਦਾਰ ਕੋਲੋਂ ਪੈਸੇ ਲੈਂਦੇ ਹੋ ਇਮਾਨਦਾਰਾਂ ਕੋਲੋਂ ਪੈਸੇ ਦੀ ਕਾਰ ਲੈਂਦੇ ਹੋ ਅਤੇ ਉਹਨਾਂ ਕੋਲੋਂ ਲੈ ਕੇ ਕੋਠੀ ਬਣਾਉਂਦੇ ਹੋ ਅਤੇ ਉਹਨਾਂ ਨੂੰ ਹੰਕਾਰ ਦੀਆਂ ਗੱਲਾਂ ਕਰਦੇ ਹੋ ਸਾਡੀ 1 ਕਰੋੜ ਦੀ ਕੋਠੀ ਇੱਥੇ ਤਾਂ ਸੱਜਣਾ ਲੱਖਾਂ ਕੋਠੀਆਂ ਵਾਲੇ ਨਹੀਂ ਰਹੇ ਅਤੇ ਤੂੰ ਵੀ ਨਹੀਂ ਰਹਿਣਾ ਰੱਬ ਕੋਲੋਂ ਡਰਿਆ ਕਰੋ ਥੋੜ੍ਹਾ ਜਿਹਾ ਮਨ ਨੂੰ ਨੀਵਾਂ ਕਰਕੇ ਰੱਖਿਆ ਕਰੋ ਤੇਰੇ ਅੰਦਰ ਸਾਹ ਰੱਬ ਦੇ ਸਾਹ ਨੇ ਇਹ ਦਮ ਦਾ ਕੀ ਭਰੋਸਾ ਕਦੋਂ ਆਵੇ ਕਦੋਂ ਨਾ ਆਵੇ ਰੱਬ ਦਾ ਡਰ ਅਤੇ ਖੌਫ ਰੱਖ ਕੇ ਖੁਦਾ ਦੇ ਵਿੱਚ ਚੱਲੋ ਦੇਖੋ ਅਬਰਾਹਾਮ ਖੁਦਾਮਨ ਦਾ ਬੰਦਾ ਸਾਰੀ ਜ਼ਿੰਦਗੀ ਤੰਬੂਆਂ ਦੇ ਵਿੱਚ ਰਹਿ ਕੇ ਗੁਜ਼ਾਰ ਲਈ ਦੇਖੋ ਇਸਹਾਕ ਸਾਰੀ ਜ਼ਿੰਦਗੀ ਤੰਬੂਆਂ ਦੇ ਵਿੱਚ ਰਹਿ ਕੇ ਗੁਜ਼ਾਰ ਲਈ ਮੈਂ ਇੱਕ ਦਿਨ ਮਜੀਠੇ ਸੁੱਤਾ ਖੁਦਾ ਜਾਣੇ ਮੇਰੀ ਆਵਾਜ਼ ਨੂੰ ਸੁਣ ਰਹੇ ਸਾਰੇ ਹੱਥ ਖੜਾ ਕਰੋ ਜਿਹੜੇ ਸੁਣਦੇ ਦੇਖੋ ਵੀ ਮੈਂ ਤੁਹਾਨੂੰ ਆਪਣੀ ਸੱਚੀ ਕਹਾਣੀ ਦੱਸ ਲਾਂ ਮੈਂ ਅੱਜ ਤੱਕ ਚਰਚ ਬਣਾ ਕੇ ਚਰਚ 'ਚ ਰਿਹਾ ਨਹੀਂ ਮੈਂ ਇੱਕ ਦਿਨ ਮਜੀਠੇ ਸੁੱਤਾ ਮੇਰੀ ਜ਼ਮੀਰ ਨੇ ਮੇਰੇ ਨਾਲ ਸਵਾਲ ਕੀਤਾ ਮੈਨੂੰ ਕਹਿੰਦੀ ਤੂੰ ਤਾਂ ਉਹ ਇਨਸਾਨ ਹੈ ਜਿਹੜਾ ਕਹਿੰਦਾ ਸੀ ਮੈਂ ਕਿਤੇ ਰਹਿੰਦਾ ਨਹੀਂ ਅੱਜ ਇੱਥੇ ਰਹਿ ਰਿਹਾ ਮੈਂ ਆਖਿਆ ਥੋੜ੍ਹਾ ਸਮਾਂ ਠਹਿਰ ਤੂੰ ਮੈਨੂੰ ਇੱਥੇ ਨਹੀਂ ਦੇਖੇਗਾ ਯਕੀਨ ਕਰਿਓ ਮੈਂ ਚਰਚ ਨਿਕਲਣ ਦੇ ਵਾਸਤੇ ਬੜਾ ਕਾਲਾ ਵਾਂ ਇਹ ਬੱਚਿਆਂ ਨੂੰ ਮੈਂ ਰੱਖਿਆ ਇੱਕ ਇਹ ਹੈ ਇੱਕ ਉਹ ਵਾ ਇਹ ਹੈਗੇ ਦੋਵੇਂ ਉਹਦਾ ਪਤੀ ਪਤਨੀ ਹੈ ਪਰ ਲੋਕ ਕਹਿੰਦੇ ਪਾਸਟਰ ਦੀ ਪੋਤਰੀ ਅਤੇ ਪੋਤਰਾ ਵਾ ਪਰ ਹੈ ਵਾਕਿਆ ਮੇਰੀ ਪੋਤਰੀ ਹੈ ਬਿਲਕੁਲ ਸੱਚ ਹੈ ਇਹ ਸਵਾਲ ਅਬਰਾਹਮ ਨਾਲ ਵੀ ਹੋਇਆ ਸੀ ਵੀ ਲੋਕ ਕਹਿੰਦੇ ਨੇ ਤੇਰੀ ਭੈਣ ਹੈ
ਜਦੋਂ ਯਿਸੂ ਮਸੀਹ ਨੇ ਆਉਣਾ ਤੇ ਫਿਰ ਭੈਣ ਭਰਾ ਦਾ ਰਿਸ਼ਤਾ ਇਹਨਾਂ ਦਾ ਵੀ ਬਣ ਜਾਣਾ ਥੋੜੇ ਸਮੇਂ ਦੇ ਬਾਅਦ ਇਹਨਾਂ ਬਦਲ ਜਾਣਾ ਸਰੀਰ ਹੋਰ ਦੇ ਹੋਰ ਹੋ ਜਾਣੇ ਨੇ ਤੇ ਫਿਰ ਰਿਸ਼ਤੇ ਨਾਤੇ ਸਾਰੇ ਖਤਮ ਹੁਣ ਇਹਨਾਂ ਨੂੰ ਮੈਂ ਕਹਿ ਰਿਹਾ ਵੀ ਜਲਦੀ ਜਲਦੀ ਸਟੈਂਡ ਹੋਵੋ ਤੇ ਮੈਂ ਆਪਣੀ ਜ਼ਮੀਰ ਜਿਹੜੀ ਆ ਉਹਨੂੰ ਜਵਾਬ ਦੇ ਸਕਾਂ ਕਿਉਂਕਿ ਮੈਂ ਰੱਬ ਨਾਲ ਵਾਅਦਾ ਕੀਤਾ ਵੀ ਨਾ ਤਾਂ ਪੱਕਾ ਡੇਰਾ ਬਣਾਉਣਾ ਤੇ ਨਾ ਧਨ ਦੌਲਤ ਜੋੜਦਾ ਤੇ ਜਿਸ ਹਾਲਾਤ ਵਿੱਚ ਪ੍ਰਭੂ ਦੀ ਸੇਵਾ 'ਚ ਆਇਆ ਸੀ ਕਬਰ ਤੱਕ ਉਸੇ ਹਾਲਾਤ ਵਿੱਚ ਰਹਿ ਕੇ ਖੁਦਾ ਦੀ ਸੇਵਾ ਕਰਨੀ ਹੈ ਸਾਬਤ ਕਰਨਾ ਵੀ ਅਸੀਂ ਧਨ ਦੌਲਤ ਦੇ ਵਾਸਤੇ ਨਹੀਂ ਅਸੀਂ ਪ੍ਰਭੂ ਦੇ ਵਾਸਤੇ ਆਏ ਹਾਂ ਆਪਣੇ ਪ੍ਰਾਣਾਂ ਨੂੰ ਬਚਾਉਣ ਦੇ ਵਾਸਤੇ ਨਹੀਂ ਕਲੀਸੀਆ ਦੇ ਲਈ ਆਪਣੇ ਪ੍ਰਾਣ ਦੇਣ ਵਾਸਤੇ ਆਏ ਹਾਂ ਹਾਲੇਲੂਇਆ ਜੀਣ ਵਾਸਤੇ ਨਹੀਂ ਮਰਨ ਵਾਸਤੇ ਆਏ ਹਾਂ ਮਰਨ ਵਾਸਤੇ ਆ ਮਾਰਨ ਵਾਲੇ ਧਮਕੀਆਂ ਤੋਂ ਅਸੀਂ ਡਰਦੇ ਨਹੀਂ ਹਾਂ ਅਸੀਂ ਤਾਂ 24 ਘੰਟੇ ਮਾਰਨ ਲਈ ਤਿਆਰ ਰਹਿੰਦੇ ਹਾਂ ਇੱਕ ਦਿਨ ਮੈਂ ਕਹਿ ਰਿਹਾ ਸੀ ਦਬਕੇ ਬੜੇ ਮਾਰਦੇ ਹਾਂ ਪਰ ਕਰਦੇ ਕੁਝ ਨਹੀਂ ਹੈ ਕਰਦੇ ਨਹੀਂ ਆ ਜਿਹੜਾ ਸਾਨੂੰ ਮਾਰੇਗਾ ਉਹਦਾ ਵੀ ਧੰਨਵਾਦ ਦੇਖੋ ਸਭ ਤੋਂ ਵੱਡੀ ਸਾਡੇ 'ਤੇ ਰੱਬ ਦੀ ਕਿਰਪਾ ਇਹ ਸਰੀਰ ਤੋਂ ਛੁਟਕਾਰਾ ਇਹ ਸਰੀਰ ਹੈ ਹੀ ਨਹੀਂ ਚੰਗਾ ਜਦੋਂ ਇਹ ਜਾਣਾ ਤਾਂ ਫਿਰ ਦੂਜਾ ਮਿਲਣਾ ਰੱਬ ਵਰਗਾ ਉਹ ਇੱਦਾਂ ਦਾ ਸਰੀਰ ਆ ਉਹਦੇ ਵਿੱਚ ਗੁਨਾਹ ਹੈ ਹੀ ਨਹੀਂ ਹਾਲੇਲੂਇਆ ਇਹਦੇ ਵਿੱਚ ਬੁਰੀਆਂ ਗੱਲਾਂ ਗੁਨਾਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਵਿੱਚ ਵਾਸ ਕਰਦਾ ਜੇ ਅਸੀਂ ਉਹਨਾਂ ਤੋਂ ਬਚੇ ਹਾਂ ਤਾਂ ਰੱਬ ਦੀ ਕਿਰਪਾ ਦੇ ਨਾਲ ਅਤੇ ਉਹਦੇ ਆਤਮਾ ਦੀ ਤਾਕਤ ਦੇ ਨਾਲ ਜਦੋਂ ਅਸੀਂ ਇਹ ਸਰੀਰ ਤੋਂ ਅਲੱਗ ਹੋਣਾ ਤਾਂ ਸਾਨੂੰ ਵਧੀਆ ਜਲਾਲੀ ਸਰੀਰ ਮਿਲ ਜਾਣਾ ਹਾਲੇਲੂਇਆ ਫਿਰ ਸਾਨੂੰ ਆਪਣੇ ਧਿਆਨ ਰੱਖਣ ਦੀ ਲੋੜ ਨਹੀਂ ਫਿਰ ਸਾਨੂੰ ਰੋਟੀ ਪਕਾਉਣ ਦੀ ਲੋੜ ਨਹੀਂ ਰੋਟੀ ਖਾਣ ਦੀ ਲੋੜ ਨਹੀਂ ਨਾ ਉੱਥੇ ਭੁੱਖ ਨਾ ਤਰੇ ਉੱਥੇ ਇਹ ਚੀਜ਼ਾਂ ਨਹੀਂ ਉਹ ਸਰੀਰ ਦੇ ਅੰਦਰ ਜਿਸ ਵੀ ਹਾਲ 'ਚ ਰੱਬ ਨੇ ਰੱਖਿਆ ਰਹਿ ਕੇ ਉਹਦਾ ਸ਼ੁਕਰ ਕਰੋ ਖੁਦਾ ਦੀ ਸ਼ੁਕਰਗੁਜ਼ਾਰੀ ਕਰੋ ਦੇਖੋ ਇੱਕ ਗੱਲ ਯਾਦ ਕਰੋ ਮੇਰੀ ਜੇਬ ਦੇ ਵਿੱਚ 1000 ਰੁਪਈਆ ਕੋਈ ਬਿਮਾਰ ਆਦਮੀ ਮੈਨੂੰ ਕਹਿ ਰਿਹਾ ਸੰਤ ਜੀ ਮੈਨੂੰ 200 ਰੁਪਈਆ ਦੇ ਦਿਓ ਅਤੇ ਮੈਂ ਬਚ ਸਕਣਾ ਮੇਰੀ 200 ਦੀ ਦਵਾਈ ਆਉਣੀ ਆ ਮੈਂ 200 ਦੀ ਦਵਾਈ ਲੈ ਲਾਂ ਅਤੇ ਮੇਰੀ ਜ਼ਿੰਦਗੀ ਬਚ ਸਕਦੀ ਹੈ ਮੈਨੂੰ ਦੇ ਦੇਣਾ ਚਾਹੀਦਾ ਜਾਂ ਨਹੀਂ ਦੇ ਦੇਣਾ ਚਾਹੀਦਾ ਜਾਂ ਨਹੀਂ ਜੇ ਮੈਂ ਦਿੰਦਾ ਤਾਂ ਫਿਰ ਮੈਂ ਡਰਨਾ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਖੁਦਾ ਦੇ ਸੇਵਕ ਦਿੰਦੇ ਨਹੀਂ ਖੁਦਾ ਦੇ ਸੇਵਕ ਲੈਂਦੇ ਨੇ ਪਰ ਖੁਦਾ ਦੇ ਸੇਵਕ ਨੇ ਅੱਜ ਤੱਕ ਕਿਸੇ ਕੋਲੋਂ ਕੁਝ ਲਿਆ ਹੀ ਨਹੀਂ ਲਿਆ ਹੀ ਨਹੀਂ ਬਿਲਕੁਲ ਹਕੀਕਤ 'ਚ ਤੁਸੀਂ ਚੰਦਾ ਦਿੰਦੇ ਹੋ ਖੁਦਾ ਦੇ ਸੇਵਕ ਤੁਹਾਡੀਆਂ ਬਰਕਤਾਂ ਲਈ ਲੈਂਦੇ ਨੇ ਆਪਣੇ ਲਈ ਨਹੀਂ ਇੱਕ ਗੱਲ ਯਾਦ ਕਰਿਓ ਸੰਤੀ ਉਹ ਹੁੰਦਾ ਜਿਹਦੇ ਵਿੱਚ ਤਰਸ ਹੋਵੇ ਮੈਂ ਇੱਕ ਦਿਨ ਖੁਦਾ ਜਾਣਦਾ ਮੈਂ ਕਿਸੇ ਦਾ ਨਾਮ ਨਹੀਂ ਰਹਿੰਦਾ ਸਾਡੀ ਬੇਟੀ ਸਾਡੇ ਵਿੱਚ ਹੀ ਹੈ ਅਤੇ ਅਸੀਂ ਇੱਕ ਦਿਨ ਰੋਟੀ ਖਾਣ ਲੱਗਾ ਇੱਕ ਭੈਣ ਦਾ ਫੋਨ ਆਇਆ ਮੈਂ ਉਹਨੂੰ ਪੁੱਛਿਆ ਰੋਟੀ ਪਾਣੀ ਖਾਧਾ ਮਗਰ ਉਹਦੀ ਬੇਟੀ ਦੀ ਆਵਾਜ਼ ਆਈ ਫੋਨ ਦੇ ਵਿੱਚ ਕਹਿੰਦੀ ਘਰ 'ਤੇ ਕੱਖ ਵੀ ਨਹੀਂ ਸੰਤਾਂ ਨੂੰ ਦੱਸ ਦੇ ਮੈਂ ਕਿਹਾ ਭੈਣ ਸੱਚ ਬੋਲ ਕਹਿੰਦੀ ਨਾ ਆਟਾ ਨਾ ਚਾਵਲ ਖੁਦਾ ਜਾਣਦਾ ਮੈਂ ਰੋਟੀ ਨਹੀਂ ਖਾਧੀ ਮੈਂ ਕਿਸੇ ਨੂੰ ਫੋਨ ਕੀਤਾ ਉਹਦੇ ਘਰ ਆਟਾ ਚਾਵਲ ਦੇ ਕੇ ਉਹ ਜਦੋਂ ਉਹਨੇ ਮੈਨੂੰ ਕਿਹਾ ਮੈਂ ਛੱਡਾਂ ਹੀ ਹਾਂ ਮੈਂ ਉਹਨਾਂ ਨੂੰ ਪੁੱਛਿਆ ਪੱਕੀ ਆ ਕਹਿੰਦੇ ਪੱਕੀ ਮੈਂ ਫਿਰ ਖਾਧੀ ਇੱਕ ਪੈਸਾ ਵੀ ਚੰਦੇ ਦਾ ਮੈਂ ਕਿਤੇ ਲੁਕੋ ਕੇ ਰੱਖਿਆ ਹੋਵੇ ਜਿੱਦਣ ਮੇਰਾ ਸਾਬਤ ਕਰ ਲਓ ਅਤੇ ਮੈਨੂੰ ਦੱਸ ਦਿਓ ਅਤੇ ਮੈਂ ਜੇ ਤਾਂ ਰੱਬ ਦਾ ਸੇਵਕ ਹੋਇਆ ਤਾਂ ਦੁਬਾਰਾ ਪ੍ਰਚਾਰ ਨਹੀਂ ਕਰਾਂਗਾ ਪ੍ਰਚਾਰ ਨਹੀਂ ਕਰਾਂਗਾ ਅਤੇ ਜੇ ਮੈਂ ਕਿਸੇ ਗਰੀਬ ਨੂੰ ਭੁੱਖਾ ਦੇ ਕੇ ਉਹਦੇ ਲਾਗੇ ਰੋਟੀ ਖਾਧੀ ਹੋਵੇ ਤਾਂ ਵੀ ਮੈਨੂੰ ਦੱਸ ਦਿਓ ਅਤੇ ਯਕੀਨ ਕਰਿਓ ਮੈਂ ਇੱਦਾਂ ਦਾ ਇਨਸਾਨ ਜੋ ਇਹ ਤਲਵੰਡੀ ਦਾ ਘਰ ਘਰ ਮੈਨੂੰ ਜਾਣਦਾ ਵਾ ਮੈਂ ਆਪਣੀਆਂ ਬੇਟੀਆਂ ਦੇ ਅੱਗੋਂ ਬਈ ਰੋਟੀ ਵੀ ਖਾ ਕੇ ਅਤੇ ਰੱਬ ਦਾ ਸ਼ੁਕਰ ਕੀਤਾ ਪਰ ਦੂਜੇ ਘਰ ਨਹੀਂ ਦੱਸਿਆ ਵੀ ਮੈਂ ਬਈ ਖਾਧੀ ਆ ਅਤੇ ਪਾਣੀ ਵੀ ਪੀ ਕੇ ਕਿਹਾ ਮੈਂ ਦੁੱਧ ਪੀ ਕੇ ਆਇਆ ਮੈਂ ਕਿਸੇ ਦੀ ਬਈ ਨਿੰਦਾ ਕਦੀ ਕੀਤੀ ਕੁਛ ਬੋਲਿਆ ਏਡਾ ਕੁ ਬੱਚਾ ਮੈਨੂੰ ਨਾ ਬੁਲਾਵੇ ਮੈਂ ਆਪ ਬੁਲਾ ਲੈਂਦਾ ਹੁਣ ਕਈਆਂ ਨੂੰ ਮੇਰਾ ਦਿਲ ਕਰਦਾ ਮੈਂ ਬੁਲਾ ਹੀ ਲਵਾਂ ਉਹ ਕੀ ਕਰਦੇ ਦੂਰੋਂ ਵੇਖ ਕੇ ਪਿੱਛੇ ਦੌੜ ਜਾਂਦੇ ਨੇ ਫਿਰ ਮੇਰੀ ਇਹ ਨਹੀਂ ਸਮਝ 'ਚ ਆਉਂਦੀ ਵੀ ਮੇਰੇ ਕੋਲੋਂ ਡਰਦੇ ਆ ਜਾਂ ਸ਼ਰਮ ਖਾਂਦੇ ਆ ਮੈਂ ਇੱਕ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਹਾਨੂੰ ਮੇਰੇ ਕੋਲੋਂ ਡਰ ਕੇ ਆਉਂਦਾ ਮੈਂ ਇਕੱਲਾ ਹੀ ਬੰਦਾ ਵਾਂ ਦੁਨੀਆਂ 'ਤੇ ਕੋਈ ਡਰਦਾ ਹੀ ਨਹੀਂ ਅਤੇ ਤੁਹਾਨੂੰ ਡਰ ਕਿਉਂ ਲੱਗਦਾ ਹੈਂ ਕਿਉਂ ਡਰ ਲੱਗਦਾ ਵੀ ਬੰਦੇ ਨਹੀਂ ਵੇਖੇ ਕਦੀ ਹੈਂ ਰੱਬ ਦੇ ਲੋਕ ਤਾਂ ਬੜੇ ਦਲੇਰ ਹੁੰਦੇ ਆ ਕਿਉਂ ਡਰਦੇ ਲਾਗੋਂ ਦੀ ਲੰਘਣ ਲੱਗੇ ਵੀ ਸ਼ਰਮ ਆਉਂਦੀ ਪਛਾਣ ਦੇ ਪਛਾਣ ਹੀ ਹੋ ਜਾਂਦੇ ਨੇ ਇੱਕ ਦਿਨ ਇੱਕ ਵੱਜ ਹੀ ਚੱਲਿਆ ਕਿਸੇ ਚੀਜ਼ ਨਾਲ ਮੈਂ ਕਿਹਾ ਭਰਾਵਾ ਵੱਜ ਨਾ ਜਾਵੀਂ ਤੂੰ ਮੈਨੂੰ ਫੋਨ ਕਰਦਿਆਂ ਕਰ ਜਦੋਂ ਤੂੰ ਫਿਰਨਾ ਹੁੰਦਾ ਮੈਂ ਨਾ ਆਇਆ ਕਰਾਂ
خدا تے بھروسہ رکھو خدا ایک پیار ہے ہالے لوئی آ اسی یشو دے لوگ ہاں خدا دے لوگوں دے وچ پیار ہوں ایک دوسرے تے ہمدردی ہوں ایک گل یاد رکھے ہو پربھو یشو مسیح دیا ادھارنا نو یاد رکھو انہیں کیا ایک آدمی سی جڑا ڈاکواں دے ہاتھ آیا انہوں ماریا کٹیا تو سٹ کے چلے گئے ماریا کٹیا سٹ کے چلے گئے لاگوں دی ایک جاجک ننگیا جاجک وردی پائی چوگا بھی میرے انگوں لما ساری زندگی میں کسی دی منی نہیں انہوں نے بچے آ جاندے بھی چوگا پاؤنا میں کہا بھراوا پا لینی ہے چلو تھوڑی مان لینی ہے کہ ڈاکٹر صاحب دا پروگرام ہے تو سوا کے بھی ڈاکٹر نہیں دتا تو میں ڈاکٹر کو کہا بھی جدو کیا کریں گا پا لیا کریں گا دیکھو میں تو اپنا ننگیز ڈکن لی پاؤنا پاواں چوگا ہوا تو پاواں جو مرضی ہو سچ یہ ہے فیشن میں بہت کرتا سا پہ کرتا ادو سی جدو رب چ نہیں سی اج بہتے لوگ کی کرتے سونا لوائی جانے تو لے جانے لے جانے گل چگانی چینی نہیں پاؤنی اتنے لا لو سونے کی گوٹھی نہیں پاؤنی بٹن لا لو لائی جاندے جا نہیں کیوں کرتے ادھر کے کام میں نندا نہیں کسی کی کرتا پر میں یہ کہنا بھی بائبل کی الٹ کیوں کرتے جڑا کام تھی آپ نہیں کر سکتے دوجیا نو بھائی منع کیوں کرتے فیشن نہ کرو آپ تو نہیں کرتے آ کریم شیو بھی ویکھی نا اصل فیشن ہی آ یقین کرو ہے فیشن ہی ہے آپ گھڑی بڑی شیشہ کرنے بھی داڑھی بری لگتی ہے فیشن ہی ہے وہ نہ تو رکھن جوگے تو نہ چھڈن جوگے گھر بیٹھے تو شروع تو رکھی ہوں تو چلو ودیا ہے ایک گل یاد رکھو کسی نے کچھ نہ کہو جو کہنا اپنے آپ کو کہو اپنے آپ کو سمجھاؤ پتی نو برا بولیا پتی نو برا نہ بول اپنے آپ کو سمجھا بھائی تو کیوں بولیا گھر والی نو ماریا گھر والی نو مندا نہ بول اپنے آپ کو سمجھا بھی تو کیوں ماریا بچیاں نو برے شبد بولے کیوں بولے اپنے آپ کو سمجھا اپنے آپ کو تو اسی سمجھاؤندے نہیں سارے نے بائبل دوجیاں نو سمجھاؤن لئی رکھی ہے کوئی اپنے واسطے بھی رکھی نہیں کہ رکھی کوئی آپ بھی ایک دو آیت پڑھتے یا نہیں پڑھتے اپنا بھی تھوڑا تھوڑا من بائبل دے اتنے لگتا یا نہیں لگتا خدا دے کلام نو اپنے واسطے بھی پڑھتے یا نہیں پڑھتے بائبل پوتر بائبل کی دستی ہے جاجک لاگوں کی ننگ ہے جاجک اس آدمی نو پوچھیا نہیں پربھو یشو مسیح نے کیا پھر ایک لیوی آیا جاجک دا چیلا وہ دا حل پر وہ بھی لاگوں کی ننگ ہے پھر وہ پیچھے آیا ایک نیک سامری نہ تو وہ جاجک ہے تے نہ وہ لیوی ہے ایک وکری قسم کا انسان انہیں آ کے اس نو چکیا ڈاکٹر دے کول لے کے گیا اپنی جیب وچوں پیسہ کڈ کے تے او دا علاج کرایا تے پربھو یشو مسیح نے پوچھیا دس دس انہاں وچوں دا گوانڈی کون ہے ہن پربھو یشو مسیح نے تے اس انسان نو پوچھیا تو تسی دسو پا جی امریک جی وہ گوانڈی کون ہے جاجک ہے لیوی ہے کہ جا نیک سامری ہے جنہیں وہ عزت کی انہوں پالیا انہوں بچایا اج ایک گل یاد رکھو کوئی غریب بیمار ہے جی وہ دوائی تے وشواس ہے تو جی انہوں کوئی دوائی دے دیندا کوئی گناہ کرتا ہے کوئی گناہ کرتا اسی مل لے کے کھانے ہاں یہ تواڈے جڑے خدا نے تہانوں سیوک دیتے ہیں یہ ڈاکٹر ہے یہ ڈاکٹر ایک ایداں دے انسان ہے ایداں دے انسان نے کہ جدو کسی دے گھر دعا کر جاندے کسی بیمار نو دیکھ دے تے انہاں کو رہا نہیں ہوندا پھر انہوں کہندے میری دکان تے آ جاؤ دوائی لے لو نہیں تے میں تہانوں خود لیا کے دے جانا جے تہاڈے کول پیسے نہیں ہے تسی ایداں ہی لے لو کی کوئی گناہ کردے آ تہانوں جاجک چاہیے جڑا لاگوں دی ننگ جے کی تسی وہ وردی کا کی فائدہ تمہیں کوئی ہے گا تمہیں کوئی وہ عہدے کا فائدہ ہے گا جہاں تمہیں نیک سامری پربھو یشو مسیح نہ تو جاجکا نہ رلدا تو نہ لیویا نہ رلدا ایک علیحدہ قسم کا انسان وہ نام ہے پربھو یشو مسیح جڑا ڈگیا ہوا اٹھاؤ تو بچاؤ کے واسطے آیا خداوند کے لوگوں کا پیسہ سنگت میں لاؤ واسطے آیا
بائبل چ لکھا ایک بڑا امیر آدمی رب کول آیا کہندا میں کی کراں جو پورا بنا کیویں بن سکنا پربھو یشو مسیح نے کیا حکماں نو مان کہندا او تے میں مندا ہی آیا کہندا پھر جے پورا بننا تے جا اپنا سارا کچھ کنگالاں نو ونڈ کے آ اج ایک گل زندگی چ یاد رکھیو لین واسطے تے ہر انسان تیار آ تے کوئی کسے دی مدد کرن والا بھی کوئی تیار ہے گا جا نہیں تے جے خدا کسے نو تیار کرے تے اسی سارے اودی نندا کرنے ہاں وی اے کیوں کر رہے ہاں کیوں کر رہے ہاں پر پوتر بائبل کہندی ہے دین والے نال لین والے نالوں دین والا کی آ مبارک آ ہالیلویا مبارک وہ لوگ نے جنہاں دا پیسہ خدا دی سیوا دے وچ خرچ ہوندا جڑے خدا دی سیوا دے واسطے خدا دی خدمت دے واسطے اپنے پیسے نو پربھو دی سیوا دے وچ لاندے نے وہ لوگ مبارک نے وہ لوگ دھن نے یہ سارے مسٹر لکی لوکس جی جڑے پربھو دی سیوا تواڈے وچ کر رہے نے یہ ایداں دا انسان ہے ایداں دا انسان ہے نہ کسے کولوں کچھ منگدا تے نہ کدی اکھاں تاں کر کے دیکھیا ہی ہے ایک گل یاد رکھے سنت دو بنی دیکھتا جا سنت ہوں دو بنی دیکھتا ہوں تا سیدھا دھیان ہو دیکھو ایک دن تھی دیکھ کے ویکو سیدھا ہوں سیدھا جدو تھی ویکتے ہو نہ زمین لبھی ہے نہ سامان لبھتا میں کہنا تھی جان زمین ویکیا کرو تو جان سامان ول ویکیا کرو سیدھا گھٹ ویکو رب کا سنت جدو تریا ہوں ہو تھوڑا سما نگاہ لا کے ویکو دوروں کھڑے ہو کے جی رب دا سنت ہوئے گا جان تے ٹھان ویکے گا تے جان تان ویکے گا وہ سیدھا نہیں ویکے گا یہ سنت دی پہچان ہوں ایک سنت تریا جا رہا کسی نے پوچھا سنت جی مجھے ایک گل کی سمجھ نہیں لگی بڑے چر دا میں تمہیں دیکھنا جان تسی ٹھان دیکھتے ہو تو جان تان وہ کہتا بیٹا رکھ تھلے بھی ہوں تو اتنے بھی ہوں تھلے جڑا بھی ہوں تان بھی ہوں ٹھان بھی ہوں انہیں پھر سنت نو باہوں پڑھ لیا کہ نہیں سنت جی گلوں نہ لاؤ میں اج پوچھ کے چڈنا کہتا کاکا گل یہ ہے جدو میں تھلے نو ویکھنا مینوں یاد ہوں بھی میں مٹی ہے میں کی ہے کہتا کدے ہنکار آوے تو میں تھلے نو ویکھ لینا تو میں ختم ہو جانا تو مینوں یہ پتا لگ جاتا بھی میں کی ہاں مٹی ہے کہندا پھر اتنے نو کو وینا کہندا میں اتنے نو اس واسطے وینا بھی تھلے نو ویخ ویخ کے تو بڑا کچھ پا لیا تو کچھ لبا نہیں تو ہوں میں اتنے نو ویکھنا تھلے تو کچھ نہیں جو کچھ ہے گا سب کچھ کتنے آ اتنے ہی آ سب کچھ اوپر ہی آ اج ہر انسان کی برکت جیڑی آ اوپر ہی آ بس جہاں تو تھلے نو ویکھیا کرو تو یہ سمجھا کرو میں مٹی ہاں تو جاں پھر اوپر نو ویکھ کے یہ سمجھا کرو بھی میرا پرمیشر اوپر ہے بس جہاں تو اپنے ول ویکو بھی میں مٹی ہاں تو جی کسی دوجے ول ویکھنا ہوئے تو پھر کتنے ویکو دوجے ول ویکھنا پھر کتنے ویکھنا چلو ویکو ایک واری تان دوجے ول ویکھنا تو پھر کدھر نو ویکھنا جی دوجے ول ویکھنا تو پرمیشر ول تو جی اپنے ول ویکھنا تو پھر کدھر ویکھنا ٹھان بھی تینوں یاد آئے بھی میں ایک مٹی ہاں تو مٹی وچوں آیا تو پھر مٹی وچ چلے جانا دنیا دے وچ میرا کچھ نہیں اس لیے میں دنیا نو نہیں ویندا جان تے میں ٹھان نو ویندا تے جان کدھر نو ویندا تاں نو اے سنتاں دی پہچان ہوندی آ سنت ہوئے وہ بھلا کرنوں کدی رہ نہیں سکتا تے کوئی او دا برا کرے تے او دی نندا نہیں کرتا یہو ایک انسان ہے تہاڈی تلوڈی دے وچ رہ کے جہدے منہ دے وچوں اج تک تسی کسے دی وروتا نہیں سنی تے جے کوئی کرے بھی تے ہس کے چلے جاندے نے چاہتے نے میں کسی کا بھلا کر سکاں اج بھی تسی ایک سنتاں دی پہچان کر کے سنگت کرو سچ تے سچائی نو دیکھ کے چلو اجالی اگے ہوندا جدھر اجالی جاوے گا بھیڈاں ادھر ہی جان گی تے رب دیاں بھیڈاں جو اجالی دی پہچان کر کے وہ پیچھے چلو گے تے خدا تانوں آشش دے گا او اپنی اکھاں نو بند کر کے خدا دی تعریف کریے ہالیلوئی کوئی نہیں ہو گیا تھے
ਹਜ਼ੂਰ ਕਲੀ ਦਾ ਜਿਹੜੀ ਕਮੇਟੀ ਹਾਲੇਲੂਇਆ ਸਭ ਹੱਥ ਉਠਾ ਕੇ ਤਾਰੀਫ ਕਰੋ ਸਭ ਤਾਰੀਫ ਕਰੋ ਹਾਲੇਲੂਇਆ 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 ਪ੍ਰੇਜ਼ ਦਾ ਲੋਟ ਹਾਲੇਲੂਇਆ ਹਾਲੇਲੂਇਆ ਅੱਜ ਤੋਂ ਤਾਂ ਨੂੰ ਵੇਖਣਾ ਤੇ ਠਾਂ ਨੂੰ ਵੇਖਣ ਵਾਸਤੇ ਖੁਦਾ ਦੀ ਤਾਰੀਫ ਕਰੋ ਜਦੋਂ ਵੀ ਜ਼ਮੀਨ ਨੂੰ ਵੇਖਣਾ ਸਮਝਣਾ ਮੈਂ ਮਿੱਟੀ ਹੈ ਇਹੀ ਜ਼ਮੀਨ ਆ ਜਿਹਦੇ ਵਿੱਚੋਂ ਮੈਂ ਨਿਕਲਿਆ ਫਿਰ ਇਹਦੇ ਵਿੱਚ ਚਲੇ ਜਾਣਾ ਅਤੇ ਉੱਪਰ ਨੂੰ ਵੇਖਣਾ ਬਸ ਆਪਣੇ ਖੁਦਾ ਵੱਲ ਦੇਖਣਾ ਹੋਰ ਕਿਸੇ ਵੱਲ ਨਹੀਂ ਦੇਖਣਾ ਇਹਦੇ ਵਾਸਤੇ ਖੁਦਾ ਦੀ ਤਾਰੀਫ ਕਰੋ ਹੇ ਖੁਦਾ ਅਬਰਾਹਾਮ ਦੀ ਤਰ੍ਹਾਂ ਜੇ ਸਾਲ ਵਿੱਚ ਰੱਖੇ ਮੈਂ ਵੀ ਰਹਿ ਕੇ ਤੇਰੀ ਸੇਵਾ ਕਰ ਸਕਾਂ ਤੂੰ ਮੈਨੂੰ ਬਰਕਤ ਦੇ ਹਾਲੇਲੂਇਆ ਹਾਲੇਲੂਇਆ ਪ੍ਰੇਜ਼ ਦਾ ਲੋਟ ਹਾਲੇਲੂਇਆ ਹਾਲੇਲੂਇਆ ਆਓ ਅਸੀਂ ਖੜ੍ਹੇ ਹੋ ਕੇ ਸਾਰੇ ਪ੍ਰਾਰਥਨਾ ਕਰਾਂਗੇ ਤਾਰੀਫ ਹਾਲੇਲੂਇਆ 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 ਤੇਰਾ ਸ਼ੁਕਰ ਹਾਲੇਲੂਇਆ 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 ਤੇਰਾ ਸ਼ੁਕਰ ਅੱਜ ਅਸੀਂ ਇੱਕ ਦੂਸਰੇ ਦੇ ਵਾਸਤੇ ਦੁਆ ਕਰਨੀ ਹੈ ਕੋਈ ਤੁਹਾਡਾ ਰਿਸ਼ਤੇਦਾਰ ਬਿਮਾਰ ਹੈ ਉਹਦੇ ਵਾਸਤੇ ਦੁਆ ਕਰਨੀ ਹੈ ਤੁਹਾਡੇ ਵਿੱਚ ਕੋਈ ਬਿਮਾਰ ਹੈ ਉਹਨੇ ਆਪਣੇ ਵਾਸਤੇ ਦੁਆ ਕਰਨੀ ਹੈ ਆਏ ਖੁਦਾ ਤੂੰ ਮੇਰੀ ਬਿਮਾਰੀ ਨੂੰ ਦੂਰ ਕਰ ਔਰ ਪੂਰੇ ਵਿਸ਼ਵਾਸ ਦੇ ਨਾਲ ਦੁਆ ਕਰਨੀ ਹੈ ਅਸੀਂ ਵੀ ਤੁਹਾਡੇ ਲਈ ਦੁਆ ਕਰਾਂਗੇ ਆਪਣੀਆਂ ਬਿਮਾਰੀਆਂ 'ਤੇ ਹੱਥ ਰੱਖ ਕੇ ਕਹਿਣਾ ਹੇ ਪ੍ਰਭੂ ਤੂੰ ਮੇਰੇ 'ਤੇ ਰਹਿਮ ਕਰਦੇ ਤੇਰਾ ਧੰਨਵਾਦ ਹੇ ਪ੍ਰਭੂ ਤੂੰ ਰਹਿਮ ਕਰਦੇ ਧੰਨਵਾਦ ਅਬਰਾਹਾਮ ਇਸਾਕ ਯਾਕੂਬ ਦੇ ਖੁਦਾ ਮੇਰੇ 'ਤੇ ਰਹਿਮ ਕਰਦੇ ਹਾਲੇਲੂਇਆ ਮੇਰੇ 'ਤੇ ਰਹਿਮ ਕਰਦੇ ਹਾਲੇਲੂਇਆ ਹਰ ਤਰ੍ਹਾਂ ਦੀ ਬਿਮਾਰੀ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਦੂਰ ਹੋ ਜਾਵੇ ਹਾਲੇਲੂਇਆ ਹਾਲੇਲੂਇਆ ਧੰਨਵਾਦ ਓ ਹਾਲੇਲੂਇਆ ਪ੍ਰੇਜ਼ ਦਾ ਲੋਟ ਹਾਲੇਲੂਇਆ ਧੰਨਵਾਦ ਓ ਹਾਲੇਲੂਇਆ ਹਾਲੇਲੂਇਆ ਹਰ ਤਰ੍ਹਾਂ ਦੀ ਕਮਜ਼ੋਰੀ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਦੂਰ ਹੋ ਜਾਵੇ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਸ਼ਿਫਾ ਮਿਲੇ ਹਾਲੇਲੂਇਆ ਹਰ ਤਰ੍ਹਾਂ ਦਾ ਬੁਖਾਰ ਯੇਸ਼ੂ ਦੇ ਨਾਮ ਦੇ ਵਿੱਚ ਉਤਰ ਜਾਵੇ ਹਰ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਰਸੌਲੀਆਂ ਪੱਥਰੀਆਂ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਨਿਕਲ ਹਾਲੇਲੂਇਆ ਪ੍ਰੇਜ਼ ਦਾ ਲੋਟ ਹਾਲੇਲੂਇਆ ਖੂਨ ਦੀਆਂ ਸਾਰੀਆਂ ਬਿਮਾਰੀਆਂ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਦੂਰ ਹੋ ਜਾਣ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਸਮ ਦੀ ਇੱਕ ਇੱਕ ਬਿਮਾਰੀ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਹਾਲੇਲੂਇਆ ਹਾਲੇਲੂਇਆ ਧੰਨਵਾਦ ਓ ਹਾਲੇਲੂਇਆ ਹਰ ਤਰ੍ਹਾਂ ਦੀਆਂ ਸ਼ੈਤਾਨੀ ਆਤਮਾਵਾਂ ਜਾਦੂ ਦਾ ਅਸਰ ਯੇਸ਼ੂ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਸ਼ਿਫਾ ਮਿਲੇ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਬੇਔਲਾਦ ਰੱਖਣ ਵਾਲੀ ਬਦਰੂ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਬੇਔਲਾਦ ਰੱਖਣ ਵਾਲੀ ਬਿਮਾਰੀ ਯੇਸ਼ੂ ਦੇ ਨਾਮ ਦੇ ਵਿੱਚ ਦੂਰ ਹੋ ਜਾਏ ਆਏ ਖੁਦਾ ਜਿਨ੍ਹਾਂ ਕੋਲ ਬੱਚੇ ਨਹੀਂ ਜੋ ਬੇਔਲਾਦ ਨੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਨੂੰ ਔਲਾਦ ਮਿਲੇ ਹਰ ਬਿਮਾਰੀ ਹਰ ਕਮਜ਼ੋਰੀ ਦੂਰ ਹੋ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਆਮੀਨ ਹਾਲੇਲੂਇਆ ਸਾਰੇ ਹੱਥ ਉਠਾ ਕੇ ਖੁਦਾ ਦੀ ਤਾਰੀਫ ਕਰਾਂ ਆਏ ਖੁਦਾ ਇੱਥੇ ਕਈ ਇਮਾਨਦਾਰ ਨੂੰ ਰੂਹ ਦਾ ਮਸਾ ਮਿਲੇ ਪਵਿੱਤਰ ਆਤਮਾ ਦੀ ਪਾਵਰ ਮਿਲੇ ਤਾਕਤ ਮਿਲੇ ਗਿਆਨ ਦਾ ਰੂਹ ਦੇ ਦੇ ਖੁਦਾ ਹਾਲੇਲੂਇਆ ਹਾਲੇਲੂਇਆ ਇੱਥੇ ਕਈ ਇਮਾਨਦਾਰ ਤੇਰੀ ਮਰਜ਼ੀ ਨੂੰ ਤਿਆਰ ਪੂਰਾ ਕਰਨ ਵਾਸਤੇ ਤਿਆਰ ਹੋ ਜਾਏ ਖੁਦਾ ਦੀ ਬਰਕਤ ਦੇ ਹਾਲੇਲੂਇਆ ਧੰਨਵਾਦ ਹੋ ਹਾਲੇਲੂਇਆ 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 ਅਸੀਂ ਆਖਰੀ ਦੁਆ ਕਰਾਂਗੇ ਸਾਡੇ ਡਾਕਟਰ ਸਾਹਿਬ ਆਏ ਨਹੀਂ ਔਰ ਸਾਡੇ ਡਾਕਟਰ ਸਾਹਿਬ ਬ੍ਰਦਰ ਲੂਕਸ ਲੱਕੀ ਜੀ ਜਿਨ੍ਹਾਂ ਨੇ ਇਸ ਸੰਮੇਲਨ ਦਾ ਅਰੇਂਜ ਕੀਤਾ ਉਹਨਾਂ ਦੇ ਨਾਲ ਜਿੰਨੇ ਵੀ ਨੌਜਵਾਨ ਸਾਥੀ ਨੇ ਉਹ ਵੀ ਉਹਨਾਂ ਦੇ ਵਾਸਤੇ ਵੀ ਅਸੀਂ ਤਲਵੰਡੀ ਦੀ ਕਲੀਸੀਆ ਦੇ ਵਾਸਤੇ
جنہوں نے پیسہ اس میلے نہیں خرچیا اسی سب کے واسطے ہاتھ اٹھا کے خدا دی تعریف کر آخری دعا کریں گے آخری دعا کرن تو پہلے اس نگر والوں جا کوئی سارے کا دھنواد کر دے یا پھر سارے ڈاکٹر صاحب سارے دے واسطے جی ہے کہہ دیں گے اپنے ممبر صاحب میلا جی رنکا پردھان اتھے ہی ہے رنکا پردھان بہت ہی ستکار یوگ ساڈے وچ براجمان ساڈے سنت جی سنت سیمل ٹونی جی جنہ نے اج ساڈے نگر دے وچ اپنے پوتر چرن لے کے آئے نے تے اج سنتاں نوں اپنی پوتر بانی دے راہیں پرمیشور دے نال جوڑیا سب تو پہلا انہاں دا اپنے نگر دے والوں تہ دل تو دھنواد کرنا تے انہاں دے نال ساڈے اس نگر دے وچ سیوادار ساڈے پاسٹر جی لکی لوکس جی جنہ نے سانو سنتاں دے نال روبرو کرایا انہاں دا دھنواد انہاں دے نال ساڈے پاسٹر صاحبان جے میں ایک ایک دا نام لین لگا تے ٹائم زیادہ لگو گا انہاں دا دھنواد تے سامنے بیٹھے میرے بھرا میری بھنا بزرگ متاواں ساریاں دا جڑے باہروں چل کے ساڈے نگر دے وچ آئے نے انہاں دا دھنواد کردے ہاں کہ پرمیشور نے اپنی یوجنا دے مطابق سانو اے سماں دتا تے اسیں اس جگہ تے اکتر ہو کے سنتاں دے مکھ تو جڑے پرمیشور دے وچن آ وہ سن سکے تے اج اپنی زندگیاں نوں جڑا وا وہ کافی لوکاں نے بدلیا سو پرمیشور دا دھنواد کردے ہوئے ساری سنگت دا اپنے نگر دے والوں نوجواناں دے والوں تہ دل تو دھنواد کردا واں تے پربھو یسوع مسیح دا جنہاں نے اس پروگرام نوں بڑے ہی سنچالے طریقے دے نال چلایا سب تو پہلاں اس پرمیشور نوں وڈیائی دیندے ہاں سو پرمیشور دا ایک نعرہ بلند کران گے سارے نے نعرے دا جواب اس پرمیشور دی وڈیائی دے وچ کرنا وا ہالے لویا ہالے لویا پربھو یسوع مسیح دے نام کی پربھو یسوع مسیح کے نام کی سارا دا دھنواد کوئی کھما ہے تے غلطی دا جا جے کہ لاسٹ اسی پرارتھنا کران گے ہالے لاسٹ پرارتھنا جنے بھی لوگ خدا دی حضور دے وچ آئے نے خدا نے رستیاں دے وچ انہاں نوں خیریت نال لے کے آیا پرارتھنا کران گے ہن خیریت نال انہاں نوں اپنے گھراں چ بھی لے کے جاوے
اس جگہ جس جگہ میری ڈیوٹی ہے راما تلوڈی آبادت کا سماں صبح 9 تو 11:30 کا وا جس بھی تھی اس جگہ پرمیشور کی حضور آ سکتے جو ہر سنڈے ہوں لاسٹ پرارتھنا کریں گے ہے پرمیشور یہوہ جمی آسمان نو بناؤن والے پربھو تیرا میں دھنواد کردا تیرا شکر کردا جو تو اپنے لوکاں نو اپنی حضور دے وچ لے کے آیا اے دے واسطے تیرا شکر ہو اور تیرے داساں دے دوارہ پربھو تو انہاں نو برکت دتی اے دے واسطے تیرا شکر پربھو ہن پرمیشور تو رستے دے وچ انہاں دی نگہبانی حفاظت کرنی پرمیشور کرپا کرنی فضل کرنی پرمیشور اور جنہاں دے پیسے دے نال اے سمیلن ہویا پربھو انہاں تے وی تسی رحم اور فضل کرنا پربھو رحم کرنا سارے ورکراں تے تہاڈا رحم تہاڈا ترس ہوئے پربھو جی ہر اک نوں آشیش اور برکت دینا پربھو یشو دے نام دے وچ آمین جس کسی نے بھی لنگر نہیں کھادا لنگر چل رہا وا ضرور وہ لنگر کھا کے جان سارے نوں جیم سی ہالیلویا ہن ساڈے خداوند دا فضل پربھو دی مہان کرپا ہن تو لے کے ہمیشہ ہمیشہ تک خدا باپ دی سارے مقدس لوگاں دے نال ہوندی رہے آمین 14 تاریخ نو ازنالے دے وچ گوپال نگر محلے دے وچ اسی طرح ہی سمیلن ہوے گا اور تسی سارے نے اس جگہ تے پہنچنا وا اور 22 تاریخ نو پنڈ عبدالہ دے وچ سمیلن ہے اتھے بھی تسی پہنچ کے خدا دے کلام نو اسی طرح سنو گے سب نو جے مسیح دی ہلو جانا دکھ رکھ رکھ
ਸਾਡੇ ਉੱਤੇ ਰਹਿਮ ਕਰਦੇ ਪਤਾ ਲੱਗ ਜਾਵੇ ਲੇਖਾਂ ਹਾਰਿਆਂ ਨੂੰ ਦਾਤਾ ਨਾਲ ਨਿਗਾਹ ਦੇ ਦੇਖ ਲੈਂਦੇ ਸੋ ਰੱਬ ਦੀ ਪਲਕ ਤੋਂ ਤਾਰਿਆਂ ਨੂੰ ਹੁੰਦਾ ਵਲੀਆਂ ਦੀ ਨਜ਼ਰ ਤੇ ਅਸਰ ਇੰਨਾ ਮਿੱਠਾ ਕਰ ਦਿੰਦੇ ਖੂਹਾਂ ਸਾਰਿਆਂ ਨੂੰ